ਪੰਜਾਬ ਵਿੱਚ ਇੰਡਸਟਰੀਜ਼ ਦੇ ਗੰਦਲੇ ਪਾਣੀ ਰਾਹੀਂ ਨਹਿਰੀ ਪਾਣੀ ਦਾ ਪ੍ਰਦੂਸ਼ਣ ਰੋਕਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ ਅਤੇ ਇਸ ਸਮੇਂ ਦੀ ਲੋੜ ਵੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬਜਟ ਤੇ ਬਹਿਸ ਸਮੇਂ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਖੇਤੀ ਦੇ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ ਜਾਣੇ ਚਾਹੀਦੇ ਨੇ, ਕਿਉਂਕਿ ਵੱਖੋ ਵੱਖ ਸੂਬਿਆਂ ਵਿੱਚ ਖੇਤੀ ਦੀਆਂ ਸਥਿਤੀਆਂ ਵੱਖੋ ਵੱਖਰੀਆਂ ਨੇ। ਜੀ ਹਾਂ, ਅਤੇ ਫਿਰ ਇਹਨਾਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ। ਖੇਤੀ ਸੰਬੰਧੀ ਪੇਸ਼ ਹੋਈਆਂ ਰਿਪੋਰਟਸ ਦੀ ਮੰਨੀਏ ਤਾਂ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਦੇ ਨਾਲ ਨਾਲ ਰਿਵਾਇਤੀ ਖੇਤੀ ਰਾਹੀਂ ਵੀ ਖੇਤੀ ਵਿੱਚ ਸਥਿਰਤਾ ਲਿਆਂਦੀ ਜਾ ਸਕਦੀ ਹੈ, ਅਤੇ ਫਿਰ ਇਸੇ ਕਰਕੇ ਖੇਤੀ ਇੱਕ ਸਟੇਟ ਦਾ ਵਿਸ਼ਾ ਬਣਿਆ ਹੋਇਆ। ਪਰ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਤੇਜ਼ੀ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਫਿਰ ਪਾਣੀ ਦਾ ਪ੍ਰਦੂਸ਼ਣ ਅਤ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਇਸ ਸਮੇਂ ਪੰਜਾਬ ਵਿੱਚ ਪਾਣੀ ਦਾ ਪੱਧਰ 300 ਮੀਟਰ ਦੀ ਡੂੰਘਾਈ ਤੱਕ ਵੇਖਿਆ ਜਾ ਰਿਹਾ ਹੈ ਅਤੇ ਇਸ ਨਾਲ ਪੈਦਾ ਹੋਣ ਵਾਲੀ ਪਾਣੀ ਦੀ ਕਮੀ ਪੂਰੀ ਨਹੀਂ ਹੋ ਸਕੀ ਅਤੇ ਫਿਰ 20 ਸਾਲਾਂ ਤੋਂ ਬਾਅਦ ਪਾਣੀ ਦੇ ਖਤਮ ਹੋਣ ਦੇ ਆਸਾਰ ਵੀ ਬਣੇ ਹੋਏ ਨੇ। ਭਾਵੇਂ ਸਰਕਾਰਾਂ ਵੱਲੋਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਬੂਟੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਉਤਸ਼ਾਹਿਤ ਕੀਤਾ ਜਾਂਦਾ ਹੈ, ਪਰ ਹੱਦ ਤੋਂ ਵੱਧ ਬੂਟੇ ਲਗਾਉਣ ਦਾ ਸ਼ੋਰ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ, ਜਿਸ ਨਾਲ ਪਾਣੀ ਦਾ ਇਹ ਮਸਲਾ ਹੱਲ ਹੀ ਨਹੀਂ ਹੋਣ ਵਾਲਾ। ਛੱਪੜਾਂ ਦੇ ਮੁੜ ਨਿਰਮਾਣ ਦੀ ਲੋੜ ਅੱਜ ਪਿੰਡਾਂ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸਭ ਸ਼ਹਿਰਾਂ ਵਿੱਚ ਪਾਣੀ ਦੀ ਬਰਬਾਦੀ ਰੋਕਣ ਲਈ ਜੋ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ, ਉਸਦੇ ਚੱਲਦਿਆਂ ਹਰ ਸ਼ਹਿਰ ਦਾ ਨਗਰ ਨਿਗਮ ਸਤਰਕ ਵੀ ਹੁੰਦਾ ਜਾ ਰਿਹਾ ਹੈ, ਕਿਉਂਕਿ ਕਈ ਇਲਾਕਿਆਂ ਵਿੱਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਾਰ ਜਾਂ ਫਿਰ ਫਰਸ਼ ਧੋਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ ਅਤੇ ਕਈਆਂ ਨੂੰ ਚੇਤਾਵਨੀ ਵੀ ਦਿੱਤੀ ਗਈ। ਅਜਿਹੇ ਲਾਵਾਰਿਸ ਵਾਟਰ ਕਨੈਕਸ਼ਨ ਵੀ ਕੱਟੇ ਜਾ ਰਹੇ ਨੇ ਜਿਨ੍ਹਾਂ ਦਾ ਕੋਈ ਵਾਰੀ ਵਾਰਸ ਹੀ ਨਹੀਂ ਹੈ, ਪਰ ਉੱਥੇ ਪਾਣੀ ਦੀ ਵਰਤੋਂ ਜ਼ਰੂਰ ਹੋ ਰਹੀ ਸੀ। ਪਰ ਆਖਰ ਹਰੀ ਕ੍ਰਾਂਤੀ ਵਿੱਚ ਸਭ ਤੋਂ ਮੋਹਰੀ ਪੰਜਾਬ ਹੁਣ ਪਾਣੀ ਦੀ ਕਮੀ ਦਾ ਸ਼ਿਕਾਰ ਜ਼ਰੂਰ ਹੁੰਦਾ ਜਾ ਰਿਹਾ ਹੈ। ਸੋ ਕੀ ਹੈ ਇਸਦਾ ਹੱਲ? ਕਿ ਸਿਰਫ ਸਰਕਾਰਾਂ ਖਿਲਾਫ ਪ੍ਰਦਰਸ਼ਨ ਹੀ ਸਿਆਸੀ ਆਗੂ ਕਰਦੇ ਰਹਿਣਗੇ? ਕੀ ਸਰਕਾਰਾਂ ਸਿਰਫ ਪ੍ਰਦਰਸ਼ਨਾਂ ਰਾਹੀਂ ਹੀ ਪਾਣੀ ਦੀ ਕਮੀ ਦਾ ਕੋਈ ਢੁੱਕਵਾਂ ਹੱਲ ਲੱਭੇਗੀ? ਕੀ ਜੰਗਲਾਂ ਵਿੱਚੋਂ ਹਰਿਆਲੀ ਦੇ ਗਾਇਬ ਹੋਣ ਨੂੰ ਰੋਕਿਆ ਨਹੀਂ ਜਾ ਸਕਦਾ, ਜਾਂ ਫਿਰ ਕਾਗਜ਼ੀ ਬੂਟਿਆਂ ਰਾਹੀਂ ਲੋਕਾਂ ਦਾ ਪੈਸਾ ਵਿਅਰਥ ਜਾਂਦਾ ਰਹੇਗਾ? ਇਹਨਾਂ ਹੀ ਸਭ ਸਵਾਲਾਂ ਦਾ ਜਵਾਬ ਲੱਭਣ ਲਈ ਮੇਰੇ ਯਾਨੀ ਭਲਿੰਦਰ ਸਿੰਘ ਵਿਨਮਾਨੀ ਦਾ ਸਾਥ ਦੇਣਗੇ ਅਤੇ ਅੱਜ ਦੇ ਸਾਡੇ ਖਾਸ ਤਿੰਨ ਮਹਿਮਾਨ। ਸਭ ਤੋਂ ਪਹਿਲਾਂ ਉਹਨਾਂ ਦਾ ਤਾਰੁਫ ਤੁਹਾਡੇ ਨਾਲ ਕਰਵਾਵਾਂਗਾ। ਤਜਿੰਦਰ ਕੌਰ ਸੋਨੀਆ ਸਾਡਾ ਮੌਜੂਦ ਨੇ, ਜੋ ਕਿ ਗੋ ਗ੍ਰੀਨ ਐਨਰਜੀ ਪ੍ਰੋਜੈਕਟ ਦੇ ਪ੍ਰਿੰਸੀਪਲ ਡਾਇਰੈਕਟਰ ਨੇ ਅਤੇ ਆਪਣੇ ਇਸ ਪ੍ਰੋਜੈਕਟ ਦੇ ਰਾਹੀਂ ਹਰਿਆਲੀ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਸਾਡੇ ਅੱਜ ਦੇ ਦੂਜੇ ਮਹਿਮਾਨ ਨੇ ਰਮਨਦੀਪ ਧੀਮਾਨ, ਜੋ ਕਿ ਪਾਣੀ ਦੇ ਮੁੱਦਿਆਂ ਦੇ ਮਾਹਰ ਨੇ। ਅਤੇ ਫਿਰ ਸਾਡੇ ਅੱਜ ਦੇ ਤੀਜੇ ਮਹਿਮਾਨ ਨੇ ਦੀਪਕ ਜਸਵਾਲ, ਜੋ ਉੱਚਤਾ ਮਰਚੈਂਟ ਨੇਵੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਅਤੇ ਫਿਰ ਤਕਰੀਬਨ 150 ਮੁਲਕਾਂ ਨੂੰ ਬਹੁਤ ਨੇੜਿਓਂ ਵੀ ਜਾਣਦੇ ਨੇ। ਤਿੰਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਮੈਂ ਯਾਨੀ ਭਲਿੰਦਰ ਸਿੰਘ ਵਰਮਾਨੀ ਆਪਣੇ ਇਸ ਖਾਸ ਸ਼ੋਅ ਖਬਰ ਸਪੈਸ਼ਲ ਵਿੱਚ। ਤਜਿੰਦਰ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ, ਗੋ ਗ੍ਰੀਨ ਐਨਰਜੀ ਪ੍ਰੋਜੈਕਟ ਆਖਰ ਹੈ ਕੀ? ਕਿਉਂਕਿ ਬਹੁਤ NGOs ਆਈਆਂ ਨੇ ਸਾਹਮਣੇ ਅਤੇ ਲਗਾਤਾਰ ਵੱਖ ਵੱਖ ਮੁਹਿੰਮ ਦੇ ਜ਼ਰੀਏ ਪਾਣੀ ਦੀ ਬਰਬਾਦੀ ਨੂੰ ਰੋਕਣ ਦਾ ਸਵਾਲ ਵੀ ਚੁੱਕਦੀਆਂ ਰਹੀਆਂ ਨੇ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਹਾਡੇ ਇਸ ਮਿਸ਼ਨ ਦਾ ਪ੍ਰੋਜੈਕਟ ਕੀ ਹੈ? ਬਹੁਤ ਬਹੁਤ ਧੰਨਵਾਦ ਪਲਿੰਦਰ ਜੀ। ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਕਿ ਪਾਣੀ ਦੇ ਮੁੱਦੇ 'ਤੇ 2-3 ਸਾਲਾਂ ਤੋਂ ਜਿੱਦਾਂ ਸਾਡਾ SBL ਦਾ ਵੀ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਜਾਂ ਪਿਛਲੇ ਬਾਦਲ ਸਰਕਾਰ ਵੀ ਕਹਿ ਰਹੇ ਸੀ ਕਿ ਪਾਣੀਆਂ ਦੇ ਮੁੱਦੇ ਦੀ ਪ੍ਰੋਬਲਮ ਆ ਰਹੀ ਹੈ, ਪਾਣੀ ਕੱਟਦੇ ਜਾ ਰਹੇ ਨੇ। 5 ਦਰਿਆਵਾਂ ਦੀ ਜਿਹੜੀ ਇਹ ਧਰਤੀ ਹੈ ਉਹ ਕੁਛ ਇੱਕ 2.5 ਔਰ 2.75 ਹੀ ਕੁਛ ਰਹਿ ਰਹੀ ਹੈ। ਬਟ ਪ੍ਰੋਬਲਮ ਸਿਰਫ ਸਰਕਾਰਾਂ ਨੂੰ ਕੋਸਣ ਨਾਲ ਨਹੀਂ ਹੁੰਦੀ ਹੈ, ਕੁਛ ਇੱਕ ਇਹੋ ਜਿਹੀਆਂ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਜਿਹੜੀਆਂ ਕੰਸਟਰਕਟਿਵ ਹੋਣ, ਕੁਛ ਇਹੋ ਜਿਹੀਆਂ ਚੀਜ਼ਾਂ ਸੋਸਾਇਟੀ ਨੂੰ ਵੀ ਸਮਝਣੀਆਂ ਚਾਹੀਦੀਆਂ। ਜਿਹਦੇ ਵਿੱਚ ਮੈਂ ਇਸ ਗੋ ਗ੍ਰੀਨ ਐਨਰਜੀ ਪ੍ਰੋਜੈਕਟ ਨੂੰ ਤਿਆਰ ਕੀਤਾ ਐਜ਼ ਅ ਪ੍ਰਿੰਸੀਪਲ ਡਾਇਰੈਕਟਰ। ਵਟ ਆਈ ਓਬਜ਼ਰਵ ਕਿ ਸਾਨੂੰ ਬਹੁਤ ਰੂਰਲ ਲੈਵਲ ਦੇ ਉੱਤੇ ਇਹ ਚੀਜ਼ਾਂ ਚੱਕਣੀਆਂ ਚਾਹੀਦੀਆਂ ਸੀਗੀਆਂ ਅੱਜ ਤੋਂ 4 ਸਾਲ ਪਹਿਲੇ ਜਾਂ 5 ਸਾਲ ਪਹਿਲੇ, ਤਾਂ ਸਾਨੂੰ ਇਹੋ ਜਿਹੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਮਿਲ ਜਾਣਾ ਸੀਗਾ। ਹੁਣ ਜਦੋਂ ਅਸੀਂ ਬਿਲਕੁਲ ਰਡਾਰ ਦੇ ਉੱਤੇ ਆ ਚੁੱਕੇ ਹੋਏ ਹਾਂ, ਤਾਂ ਸਾਡੀ ਇੱਥੇ ਸਿਰਫ ਅਵੇਅਰਨੈਸ ਕੰਮ ਨਹੀਂ ਕਰੇਗੀ। ਅਸੀਂ ਸਟੈਪ 2-3 ਸਟੈਪ ਬਹੁਤ ਪਿੱਛੇ ਹੀ ਚੱਲ ਰਹੇ ਹਾਂ ਕਿ ਹੁਣ ਜਦੋਂ ਬਿਲਕੁਲ ਆ ਗਿਆ, ਪ੍ਰੋਬਲਮ ਆ ਚੁੱਕੀ ਹੋਈ ਹੈ, ਤਾਂ ਅਸੀਂ ਹੁਣ ਸਿਰਫ ਅਵੇਅਰ ਕਰ ਰਹੇ ਹਾਂ, ਆਪਣੀ ਐਡਵਰਟੀਜ਼ਮੈਂਟ ਦੇ ਥਰੂ ਅਵੇਅਰ ਕਰ ਰਹੇ ਹਾਂ ਕਿ ਸਾਨੂੰ, ਲੇਕਿਨ ਹੁਣ ਇੰਪਲੀਮੈਂਟੇਸ਼ਨ ਦਾ ਟਾਈਮ ਹੈ। ਸਾਨੂੰ ਉਹ ਚੀਜ਼ਾਂ ਟੈਕਨੀਕਸ ਹਰ ਜਨਰੇਸ਼ਨ ਨੂੰ ਦੱਸਣੀਆਂ ਚਾਹੀਦੀਆਂ। ਇਧਰ ਵੀ ਆਰ ਇਨ ਸਕੂਲ ਲੈਵਲ, ਇਧਰ ਵੀ ਆਰ ਇਨ ਕਾਲਜ ਲੈਵਲ, ਇਧਰ ਵੀ ਆਰ ਮਤਲਬ ਡੋਮੈਸਟਿਕ ਅਗਰ ਕੰਮ ਕਰ ਰਹੇ ਹਾਂ, ਹਰ ਬੰਦੇ ਨੂੰ, ਹਰ ਪਰਸਨ ਨੂੰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਕਿ ਪਾਣੀ ਸਾਡਾ ਜਿਹੜਾ ਇਹ ਪੱਧਰ ਘੱਟ ਚੁੱਕਾ, ਹਰ ਕਿਸੇ ਦੀ ਇੱਕ ਰਿਸਪੋਂਸੀਬਿਲਟੀ ਹੈ, ਹਰ ਕਿਸੇ ਦਾ ਇੱਕ ਤਰੀਕਾ ਹੋਣਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਉਸ ਚੀਜ਼ ਨੂੰ ਕਿੱਦਾਂ ਬਚਾ ਸਕਦੇ ਹਾਂ। ਗੋ ਗ੍ਰੀਨ ਐਨਰਜੀ ਦਾ ਜੋ ਇੱਕ ਪ੍ਰੋਜੈਕਟ ਦਾ ਮੇਰਾ ਮੁੱਦਾ ਸੀਗਾ, ਮੈਂ ਰੀਸੈਂਟਲੀ ਕੁਛ ਪਿੰਡਾਂ ਵਿੱਚ ਜਦੋਂ ਗਈ ਅਤੇ
ਤੁਸੀਂ ਪੰਜਾਬ ਸਾਈਡ ਵੀ ਜਦੋਂ ਕਿਤੇ ਜਾਓਗੇ, ਬਠਿੰਡਾ ਜਾਂ ਗੁਰਦਾਸਪੁਰ ਜਾਂ ਬਟਾਲੇ ਸਾਈਡ ਜਾਂ ਇੱਧਰ ਲੁਧਿਆਣੇ ਵੱਲ ਜਦੋਂ ਜਾਓਗੇ, ਉਹਨਾਂ ਦੇ ਜਿਹੜਾ ਕੰਟਰੀ ਸਾਈਡਸ ਹੁੰਦੀ ਹੈ, ਵਿਲੇਜ ਸਾਈਡ ਹੁੰਦੀ ਹੈ, ਉਦੋਂ ਜੇ ਤੁਸੀਂ ਪਾਣੀ ਪੀਓਗੇ ਉਹ ਪਾਣੀ ਬਹੁਤ ਲੋ ਕੁਆਲਿਟੀ ਦਾ ਪਾਣੀ ਹੁੰਦਾ। ਪਾਣੀ ਦਾ ਜਿਹੜਾ ਕਲਰ ਹੁੰਦਾ ਪਿੰਕ, ਥੋੜ੍ਹਾ ਥੋੜ੍ਹਾ ਪੀਲੇ ਰੰਗ ਦਾ ਹੁੰਦਾ, ਬੜਾ ਅਜੀਬ ਜਿਹਾ ਟੇਸਟ ਹੁੰਦਾ। ਹਾਂਜੀ, ਔਰ ਉਹ ਦੇਖਣ ਨੂੰ ਉਹ ਕਹਿ ਰਹੇ ਸੀਗੇ ਕਿ ਅਸੀਂ ਇਸਨੂੰ RO ਦੇ ਥਰੂ ਫਿਲਟਰ ਵੀ ਕੀਤਾ ਹੋਇਆ। ਅਗਰ ਉਹ ਫਿਲਟਰ ਕੀਤਾ ਪਾਣੀ ਸਾਡੇ ਕੋਲ ਆ ਰਿਹਾ ਤਾਂ ਤੁਸੀਂ ਯਕੀਨ ਕਰਕੇ ਮੈਨੂੰ ਆਉਣ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਕੀ ਦੇ ਰਹੇ? ਉਹਦਾ ਕਾਰਨ ਕੀ ਸੀ? ਕਾਰਨ ਇਹ ਸੀਗਾ ਕਿ ਜਿਹੜੀਆਂ ਇਹ ਜ਼ਮੀਨਾਂ ਦੇ ਵਿੱਚ ਖਾਦਾਂ ਦੀ ਮਿਲਾਵਟੀ, ਜਿਹੜਾ ਪਿੱਛੋਂ ਫੈਕਟਰੀਆਂ ਦਾ ਜਿਹੜਾ ਮਿਲਾਵਟਪਨ ਹੈਗਾ, ਉਹ ਫੈਕਟਰੀਜ਼ ਉੱਤੇ ਕੋਈ ਬੈਨ ਨਹੀਂ ਹੈ, ਕੋਈ ਪੋਲਿਸੀਜ਼ ਨਹੀਂ ਹੈਗੀਆਂ ਕਿ ਇਤਨੇ ਤੋਂ ਇਤਨਾ ਹੀ ਅਸੀਂ ਰਿਸਰਚ ਜਿਹੜਾ ਉਹਦੇ ਵਿੱਚ ਜੋ ਕੈਮੀਕਲਸ ਨੇ ਇੰਨੇ ਹੀ ਛੱਡਣੇ ਨੇ, ਕੁਛ ਪਤਾ ਹੀ ਨਹੀਂ, ਕੋਈ ਪੋਲਿਸੀ ਨਹੀਂ ਹੈ, ਕੋਈ ਰੂਲਸ ਨਹੀਂ, ਕੋਈ ਰੈਗੂਲੇਸ਼ਨਸ ਨਹੀਂ, ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਕਿ ਫੈਕਟਰੀਆਂ ਤੋਂ ਉਹ ਛੱਡਿਆ ਹੋਇਆ ਪ੍ਰਦੂਸ਼ਣ ਜਿਹੜਾ ਹੈ ਜਾਂ ਪ੍ਰਦੂਸ਼ਿਤ ਉਹ ਪਾਣੀ ਦੇ ਵਿੱਚ ਹੀ ਜਾਣਾ ਹੈ। ਪਾਣੀ ਤਾਂ ਇਤਨੀ ਡੈਲੀਕੇਟ ਜਿਹੀ ਚੀਜ਼ ਹੈ ਕਿ ਘਰ ਦੇ ਵਿੱਚ ਤੁਸੀਂ ਉਂਗਲ ਜਾਂ ਗੰਦਾ ਹੱਥ ਵੀ ਪੈ ਜਾਵੇ ਪਾਣੀ ਤਾਂ ਗੰਦਾ। ਬਿਲਕੁਲ। ਅਤੇ ਉੱਥੇ ਜਦੋਂ ਤੁਸੀਂ ਪੀਣਾ ਨਹਿਰਾਂ ਵਾਲਾ ਪਾਣੀ ਪੀਣਾ ਹੈਗਾ, ਜਿੱਥੇ ਤੁਹਾਡੇ ਕੋਲ ਪਹਾੜ ਨਹੀਂ ਹੈ, ਇੱਕ ਪਲੇਨ ਪੱਧਰ ਦੇ ਉੱਤੇ ਹੀ ਪਾਣੀ ਹੈ, ਉਹ ਪਿੰਡਾਂ ਦੇ ਵਿੱਚ ਇਤਨਾ ਬੁਰਾ ਹਾਲ ਸੀਗਾ। ਜਦੋਂ ਮੈਂ ਪ੍ਰੋਜੈਕਸ਼ਨਸ ਦੇ ਵਿੱਚ ਗਈ ਤਾਂ ਪਾਣੀ ਉਹੀ ਉਹ ਪੀ ਰਹੇ ਸੀਗੇ। ਤਾਂ ਆਈ ਸੈਡ ਕਿ ਤੁਹਾਨੂੰ ਪਤਾ ਵੀ ਤੁਸੀਂ ਪਾਣੀ ਗਲਤ ਪੀ ਰਹੇ ਹੋ ਜਾਂ ਗੰਦਾ ਪੀ ਰਹੇ ਹੋ, ਜੇ ਸੈਡ ਪੀ ਤਾਂ ਰਹੇ ਹਾਂ ਪਰ ਸਾਡੇ ਕੋਲ ਹੁਣ ਆਪਸ਼ਨ ਕੋਈ ਨਹੀਂ ਹੈ, ਤੁਸੀਂ ਸਰਕਾਰਾਂ ਨੂੰ ਕਹੋ ਨਾ ਸਾਨੂੰ ਫਿਲਟਰ ਫਿਲਟਰ ਹੋਰ ਚੰਗੇ ਕਰਵਾ ਕੇ ਦੇਣ ਜਾਂ ਨਹਿਰਾਂ ਕਢਵਾਉਣ। ਬਟ ਵਟ ਆਈ ਫੀਲ ਪਲੰਦਰ ਕਿ ਸਾਨੂੰ ਇਹ ਚੀਜ਼ਾਂ ਨੂੰ ਆਪਦੇ ਲੈਵਲ ਦੇ ਉੱਤੇ ਸਾਰੇ ਕੰਮ ਛੱਡ ਕੇ ਜਦੋਂ ਪਤਾ ਹੋਵੇ ਨਾ ਕਿ ਇੱਕ ਪ੍ਰੋਬਲਮ ਘਰ ਦੇ ਵਿੱਚ ਆ ਰਹੀ ਹੈ, ਥੋੜ੍ਹਾ ਬਹੁਤ ਗਵਰਨਮੈਂਟ ਦਾ ਇਹ ਹੈ ਵੀ ਦੇਖੋ ਜੇ ਇੱਕ ਘਰ ਦੇ ਵਿੱਚ ਪਤਾ ਹੀ ਹੋਵੇ ਵੀ ਮੇਰੇ ਘਰ ਦੇ ਵਿੱਚ ਰੋਟੀ ਨਹੀਂ ਹੈ ਜਾਂ ਪਾਣੀ ਨਹੀਂ ਹੈ, ਮੈਂ ਦੂਜੇ ਘਰ ਨੂੰ ਕਿੱਦਾਂ ਦੇ ਸਕਦਾ? ਪਰ ਮੈਨੂੰ ਪਤਾ ਕੀ ਲੱਗਦਾ ਤਜਿੰਦਰ ਜੀ ਕਿ ਅੱਜ ਨਾ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲਿਆ ਕਿ ਜੇਕਰ ਸਾਡੇ ਘਰ ਕੋਈ ਮੁਸੀਬਤ ਹੈ ਔਰ ਸਰਕਾਰਾਂ ਖਾਤਰ ਹੀ ਉਹ ਮੁਸੀਬਤ ਔਰ ਅਸੀਂ ਮੁਸੀਬਤ ਦਾ ਹੱਲ ਨਹੀਂ ਲੱਭ ਰਹੇ ਨਾ, ਅਸੀਂ ਉਸ ਮੁਸੀਬਤ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਸਾਡੀ ਉਹ ਆਦਤ ਬਣ ਜਾਂਦੀ ਹੈ ਮੁਸੀਬਤ ਵਿੱਚ ਰਹਿਣਾ ਔਰ ਅਸੀਂ ਸਾਫ਼ ਸਫਾਈ ਦੇਣਾ ਹੈਬਚੁਅਲ ਹੀ ਨਹੀਂ ਹੋ ਪਾਉਂਦੇ। ਰਮਨ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਪਾਣੀ ਦੇ ਮੁੱਦਿਆਂ ਦੇ ਮਾਹਰ ਵੀ ਹੋ, ਪਾਣੀ ਦੇ ਮੁੱਦਿਆਂ 'ਤੇ ਲਗਾਤਾਰ ਤੁਸੀਂ ਕੰਮ ਕਰਦੇ ਆ ਰਹੇ ਹੋ, ਦਰਦ ਨਹੀਂ ਹੁੰਦਾ ਕਦੀ ਕਿ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ, ਲਗਾਤਾਰ ਲੋਕ ਪਾਣੀ ਦੀ ਅਹਿਮੀਅਤ ਨੂੰ ਸਮਝ ਨਹੀਂ ਪਾ ਰਹੇ? ਸਭ ਤੋਂ ਪਹਿਲਾਂ ਤਾਂ ਪ੍ਰਿੰਦਰ ਜੀ, ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਇੰਨਾ ਇੰਪੋਰਟੈਂਟ ਮੁੱਦਾ ਪਹਿਲਾਂ ਚੱਕਿਆ ਹੈ। ਜੀ ਸ਼ੁਕਰੀਆ। ਜੇ ਆਪਾਂ ਕਹੀਏ ਦਰਦ ਦੀ ਗੱਲ, ਦਰਦ ਤਾਂ ਪਹਿਲੇ ਦਿਨ ਤੋਂ ਹੀ ਜਿਹੜੀ ਆਪਣੀ ਵਡਮੁੱਲੀ ਦਾਤ ਹੈਗੀ ਹੈ ਰੱਬ ਵੱਲੋਂ, ਪਾਣੀ ਪੀਣਾ 70% ਆਪਣੇ ਬੋਡੀ ਵਿੱਚ ਹੈਗਾ, ਅਸੀਂ ਉਸੇ ਨੂੰ ਖਤਮ ਕਰਦੇ ਜਾਂਦੇ ਹਾਂ, ਉਹ ਤਾਂ ਦਰਦ ਤਾਂ ਹੈਗਾ ਹੀ ਹੈ। ਬਿਲਕੁਲ। ਦੂਜੀ ਗੱਲ ਇਹ ਹੈਗੀ ਹੈ ਕਿ ਇਹਦੇ 'ਚ ਮੈਂ ਇਹ ਪਰਸਨਲ ਲੈਵਲ 'ਤੇ ਸੋਚਦਾ ਕਿ ਸਰਕਾਰਾਂ ਨੂੰ ਬਲੇਮ ਕਰਨਾ ਜਾਂ ਸਿਸਟਮ ਨੂੰ ਬਲੇਮ ਕਰਨਾ ਜਾਂ ਕੁਛ ਹੈ, ਜਦ ਤੱਕ ਵਡਮੁੱਲੀ ਦਾਤ ਨੂੰ ਇੰਡੀਵਿਜੁਅਲ ਲੈਵਲ 'ਤੇ, ਪਰਸਨਲ ਲੈਵਲ 'ਤੇ ਅਸੀਂ ਇਸਦੀ ਵੈਲਿਊ ਨਹੀਂ ਸਮਝਾਂਗੇ, ਜਦ ਤੱਕ ਅਸੀਂ ਇਸ ਨੂੰ ਨਾ ਤਾਂ ਸਿਕਿਓਰ ਕਰ ਸਕਾਂਗੇ ਨਾ ਹੀ ਅਸੀਂ ਇਸ ਦੇ ਉੱਤੇ ਪਰ ਵੈਲਿਊ ਸਮਝਾਉਣ ਦੇ ਲਈ ਹੀ ਵੱਖ ਵੱਖ NGOs ਕੰਮ ਕਰਦੀਆਂ ਨੇ, ਸਰਕਾਰਾਂ ਕੰਮ ਕਰਦੀਆਂ ਨੇ, ਅਥਾਂ ਪੈਸਾ ਖਰਚ ਕੀਤਾ ਜਾਂਦਾ, ਪਰ ਲੱਗਦਾ ਸਾਡੀ ਸਮਝ ਵੀ ਉਹ ਚੀਜ਼ ਪੈ ਨਹੀਂ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਜਦ ਆਪਾਂ NGOs ਦੀ ਗੱਲ ਕਰਦੇ ਹਾਂ ਜਾਂ ਸਰਕਾਰਾਂ ਦੀ ਗੱਲ ਕਰਦੇ ਹਾਂ, ਅਸੀਂ ਕੇਲੀ ਨੂੰ ਕਨਫਾਈਨ ਕਰ ਰਹੇ ਹਾਂ ਕਿ ਅਸੀਂ ਇੱਕ ਏਰੀਏ ਦੀ ਗੱਲ ਕਰ ਰਹੇ ਹਾਂ, ਜਦਕਿ ਜਿਹੜਾ ਪਾਣੀ ਹੈ ਇਹ ਸ਼ੁਰੂ ਕਿਧਰੋਂ ਤੋਂ ਹੋ ਰਿਹਾ ਅਤੇ ਖਤਮ ਕਿਧਰੋਂ ਹੋ ਰਿਹਾ? ਜੀ। ਸੋ ਇਟ ਇਜ਼ ਅ ਵਾਸਟ ਏਰੀਆ, ਤਾਂ ਸਾਨੂੰ ਐਜ਼ ਅ ਇੰਟਾਇਰ ਪੀਪਲ ਸ਼ੁੱਡ ਟੇਕ ਇਨ ਟੂ ਦੀ ਕੰਸੀਡਰੇਸ਼ਨ ਕਿ ਅਸੀਂ ਇਸ ਚੀਜ਼ ਨੂੰ ਰਿਸਪੋਂਸੀਬਿਲਿਟੀ ਇੰਡੀਵਿਜੁਅਲ ਲੈਵਲ ਤੱਕ ਜਦ ਤੱਕ ਨਹੀਂ ਲੈਂਦੇ ਹਾਂ, ਜਦ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਮੁੱਦਾ ਸੋਲਵ ਹੋ ਸਕਦਾ ਹੈ। ਜੀ। ਔਰ ਦੀਪਕ ਜੀ, ਤਕਰੀਬਨ ਮਰਚੈਂਟ ਨੇਵੀ ਵਿੱਚ ਤੁਸੀਂ ਬਹੁਤ ਲੰਬਾ ਅਰਸਾ ਕੰਮ ਕੀਤਾ ਹੈ ਔਰ ਤਕਰੀਬਨ 150 ਮੁਲਕਾਂ ਦਾ ਜੋ ਮੈਂ ਦੱਸਿਆ ਗਿਆ ਕਿ ਤੁਸੀਂ ਸਫ਼ਰ ਕਰਕੇ ਆ ਚੁੱਕੇ ਹੋ, ਭਾਰਤ ਕਿਸ ਨੰਬਰ 'ਤੇ ਦੇਖੋਗੇ 150 ਵਿੱਚ? ਥੈਂਕ ਯੂ ਵੈਰੀ ਮੱਚ ਪਲਿੰਦਰ ਜੀ ਮੈਨੂੰ ਇੱਥੇ ਇਨਵਾਈਟ ਕਰਨ ਵਾਸਤੇ। ਤੁਸੀਂ ਜਿੱਦਾਂ ਇਹਨਾਂ ਨੇ ਕਿਹਾ ਰਮਨ ਜੀ ਨੇ ਕਿ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਚੁੱਕਿਆ ਹੈਗਾ ਜਿਹਦੀ ਸੁਣਵਾਈ ਵੀ ਜ਼ਰੂਰੀ ਹੈਗੀ ਆ ਤਾਂ ਇਹਦੀ ਇੰਪਲੀਮੈਂਟੇਸ਼ਨ ਵੀ ਜ਼ਰੂਰੀ ਹੈਗੀ ਆ। ਮੈਡਮ ਨੇ ਇੱਕ ਬਹੁਤ ਚੰਗਾ ਇਨੀਸ਼ੀਏਟਿਵ ਲਿਆ ਹੈਗਾ ਕਿ ਇਹਨੂੰ ਆਪਣੇ ਲੈਵਲ 'ਤੇ ਜਿੰਨੀ ਵੀ ਆਵਾਜ਼ ਪੈਦਾ ਕਰ ਸਕ ਰਹੇ ਨੇ ਕਰ ਰਹੇ ਨੇ, ਅਸੀਂ ਇਹਨਾਂ ਦੇ ਨਾਲ ਹੈਗੇ ਹਾਂ। ਹੁਣ ਤੁਹਾਡਾ ਸਵਾਲ ਜਿਹੜਾ ਹੈਗਾ ਕਿ 150 ਮੁਲਕਾਂ 'ਚੋਂ ਆਪਾਂ ਇੰਡੀਆ ਨੂੰ ਕਿੱਥੇ ਪਲੇਸ ਕਰਦੇ ਹਾਂ, ਦੇਖੋ ਜੀ ਮੈਂ ਪ੍ਰਾਊਡ ਇੰਡੀਅਨ ਹੈਗਾ, ਮੇਰੇ ਵਾਸਤੇ ਇੰਡੀਆ ਸਰਵੋੱਚ ਹੈਗਾ, ਨੰਬਰ 1 ਦੇਸ਼ ਹੈਗਾ, ਈਸਟ ਔਰ ਵੈਸਟ ਇੰਡੀਆ ਇਜ਼ ਦਾ ਬੈਸਟ। 150 ਦੇਸ਼ ਘੁੰਮਣ ਦਾ ਇਹ ਮਤਲਬ ਨਹੀਂ ਹੈਗਾ ਕਿ ਮੈਨੂੰ ਉੱਥੇ ਦੀ ਸੱਭਿਅਤਾ, ਉੱਥੇ ਦੀ ਜਿਹੜੀ ਰਹਿਣ ਸਹਿਣ ਹੈਗਾ ਉਹ ਜ਼ਿਆਦਾ ਪਸੰਦ ਆਇਆ ਸੀਗਾ, ਮੈਨੂੰ ਮੇਰਾ ਇੰਡੀਆ ਤੋਂ ਵਧੀਆ ਕੋਈ ਦੇਸ਼ ਲੱਗਦਾ ਹੀ ਨਹੀਂ। ਹੁਣ ਸੋਨੇ ਦੀ ਚਿੜੀਆ ਕਹਿਣ ਵਾਲਾ ਦੇਸ਼ ਮੁਲਕ, ਜੇ ਅੱਜ ਇੱਕ ਬੇਸਿਕ ਨੈਸੈਸਿਟੀ ਜਿਹੜੀ ਜਿੱਦਾਂ ਰਮਨ ਜੀ ਨੇ ਕਿਹਾ ਹੈਗਾ ਕਿ ਪਾਣੀ ਜਿਹੜੀ ਹੈਗਾ ਸਾਡੇ ਜੀਵਨ ਨੂੰ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ, ਜੇ ਸਾਨੂੰ ਉਹਦੇ ਵਾਸਤੇ ਜਦੋ ਜਹਿਦ ਕਰਨ ਦੀ ਲੋੜ ਪੈ ਰਹੀ ਹੈਗੀ ਆ, ਅਸੀਂ ਚਿੰਤਾ ਕਰ ਰਹੇ ਹੈਗੇ ਹਾਂ ਕਿ ਉਹਨੂੰ ਕਿੱਦਾਂ ਬਚਾਈਏ, ਹੁਣ ਤਾਂ ਪੈਨਿਕ ਬਟਨ ਦੱਬ ਚੁੱਕਿਆ। ਇਹ ਸੋਚ ਸਾਨੂੰ 4-5 ਸਾਲ ਪਹਿਲਾਂ ਜਿੱਦਾਂ ਇਹਨਾਂ ਨੇ ਕਿਹਾ ਹੈਗਾ
ਤੇਜਿੰਦਰ ਜੀ ਨੇ, 4-5 ਸਾਲ ਪਹਿਲਾਂ ਸਾਨੂੰ ਪ੍ਰੀਵੈਂਟਿਵ ਮੈਜਰਸ ਲੈਣੇ ਬਹੁਤ ਜ਼ਰੂਰੀ ਸੀਗੇ। ਉਹ ਕੌਣ ਲੇਗਾ? ਦੇਖੋ ਜੀ, ਸਰਕਾਰਾਂ ਨੂੰ ਲੈਣਾ ਚਾਹੀਦਾ ਸੀ, ਤੁਸੀਂ ਕਹਿ ਰਹੇ ਹੋ ਸਾਡੇ ਵੱਡੇ ਵੱਡੇ ਸਾਇੰਟਿਸਟ ਬੈਠੇ ਨੇ, ਕੀ ਉਹਨਾਂ ਦੀ ਸੋਚ ਵਿੱਚ ਨਹੀਂ ਆਈ ਇਹ ਚੀਜ਼? ਬਿਲਕੁਲ ਆਈ ਹੋਣੀ ਹੈ ਜੀ, ਕਿਉਂਕਿ ਪਰ ਅਵੇਅਰਨੈਸ ਨਹੀਂ ਸੀਗੀ, ਕੁਛ ਐਜੂਕੇਟ ਵੀ ਨਹੀਂ ਕੀਤਾ ਗਿਆ ਸਕੂਲ ਲੈਵਲ ਦੇ ਉੱਤੇ, ਜ਼ਰੂਰੀ ਹੈ। ਰੀਸੈਂਟਲੀ ਮੈਂ ਸੋਇਲ ਡਿਪਾਰਟਮੈਂਟ ਦੇ ਨਾਲ ਮੇਰੀ ਮੀਟਿੰਗ ਰਖਵਾਈ ਗਈ, ਉਹਨਾਂ ਨੇ ਆਫੀਸ਼ੀਅਲਸ ਨੇ ਕਿਹਾ ਵੀ ਤੁਸੀਂ ਸਾਡੇ ਕੋਲ ਆਓ ਜੀ। ਜਦੋਂ ਮੈਂ ਉਹਨਾਂ ਕੋਲ ਗਈ ਤਾਂ ਉਹ ਬੱਚਿਆਂ ਨੇ, ਕਾਲਜ ਲੈਵਲ ਦੇ ਬੱਚੇ ਸੀਗੇ, ਤਾਂ ਉਹਨਾਂ ਨੇ ਇੱਕ ਡੈਮ ਪ੍ਰੋਜੈਕਸ਼ਨ ਬਣਾਇਆ ਹੋਇਆ ਸੀਗਾ, ਤਾਂ ਉਹਨਾਂ ਨੇ ਪਲਾਸਟਿਕ ਮਨੀ ਮੈਨੂੰ ਦਿੱਤੀ ਕਿ ਮੈਮ ਅਸੀਂ ਫਾਰਮਰਸ ਬਣ ਜਾਂਦੇ ਹਾਂ ਅਤੇ ਆਹ ਪਲਾਸਟਿਕ ਮਨੀ ਆਹ ਡੈਮ ਹੈ ਅਤੇ ਆਹ ਸਾਡੇ ਕੋਲ ਫਸਲਾਂ ਨੇ, ਵੀ ਜਿਹੜਾ ਸਟਾਰਟਿੰਗ ਦੇ ਵਿੱਚ ਉਸਨੂੰ ਕਿੰਨਾ ਪਾਣੀ ਮਿਲੇਗਾ, ਲਾਸਟ ਵਾਲੇ ਨੂੰ ਕਿੰਨਾ ਪਾਣੀ ਮਿਲੇਗਾ, ਅਤੇ ਜੇ ਲਾਸਟ ਵਾਲੇ ਨੂੰ ਘੱਟ ਮਿਲੇਗਾ ਤਾਂ ਉਹਨੇ ਫਸਲਾਂ ਕਿਹੜੀਆਂ, ਕ੍ਰੋਪਸ ਕਿਹੜੀਆਂ ਲਗਾਉਣੀਆਂ ਹੈਗੀਆਂ ਨੇ, ਹੈ ਨਾ। ਉਹ ਚੀਜ਼ਾਂ ਨੂੰ ਇਤਨਾ ਬਿਊਟੀਫੁੱਲੀ ਉਹਨਾਂ ਨੇ ਈਜ਼ੀਲੀ ਵੇ ਦੇ ਵਿੱਚ ਡਿਸਕ੍ਰਾਈਬ ਕੀਤਾ ਹੋਇਆ ਸੀ, ਪ੍ਰੈਜੈਂਟਡ ਕੀਤਾ ਹੋਇਆ ਸੀਗਾ। ਉਹ ਪ੍ਰੋਜੈਕਸ਼ਨ ਮੈਨੂੰ ਵੀ ਉਹਨਾਂ ਨੇ ਉਹ ਐਜ਼ ਅ ਗੇਮ ਮਤਲਬ ਖੜਵਾਈ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੱਚੇ ਵੀ ਤੁਸੀਂ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਜਾ ਕੇ ਕਰਨੀਆਂ ਚਾਹੀਦੀਆਂ ਤੁਹਾਨੂੰ। ਕਹਿੰਦੇ ਮੈਮ ਵੀ ਇਹੀ ਗੱਲ ਹੈ ਵੀ ਅਸੀਂ ਕਾਲਜ ਲੈਵਲ ਤੋਂ ਬਾਅਦ ਸਿੱਖੀਆਂ ਨੇ, ਪਰ ਅੱਜ ਦੀ ਜ਼ਰੂਰਤ ਜਿੱਦਾਂ ਪਾਣੀਆਂ ਦਾ, ਜਿੱਦਾਂ ਤੁਸੀਂ ਅੱਜ ਸਾਡੇ ਕੋਲ ਆਏ ਹੋ, ਤੁਸੀਂ ਪੁੱਛ ਰਹੇ ਹੋ ਮਿੱਟੀ ਬਾਰੇ, ਪੁੱਛ ਰਹੇ ਹੋ, ਸਾਡੇ ਤੋਂ ਕਦੇ ਕੋਈ ਪੁੱਛਦਾ ਹੀ ਨਹੀਂ ਹੈ, ਅਤੇ ਅਸੀਂ ਸਕੂਲਾਂ ਨੂੰ ਲੱਭਦੇ ਹਾਂ ਵੀ ਜਿੱਥੇ ਜਾ ਕੇ ਅਸੀਂ ਇੱਕ ਵਾਰੀ ਕਹਿੰਦੇ ਵੀ ਸਾਨੂੰ ਇੱਕ ਉਹ ਘੰਟੇ ਦਾ ਇੱਕ ਸੈਸ਼ਨ ਦੇ ਦਿੱਤਾ ਜਾਵੇ ਕਿ ਅਸੀਂ ਬੱਚਿਆਂ ਨੂੰ ਸਮਝਾਈਏ ਕਿ ਸਾਡੀ ਜਿਹੜੀ ਬੇਸਿਕ ਹੈ, ਲਾਈਕ ਰਮਨ ਸੈਡ ਕਿ ਪਾਣੀ ਸ਼ੁਰੂ ਕਿੱਥੋਂ ਹੋ ਰਿਹਾ, ਕਿੱਥੇ ਆ ਰਿਹਾ, ਉਹ ਚੀਜ਼ ਉੱਥੇ ਹੀ ਕੰਪਲੀਟ ਹੋ ਜਾਣੀ ਸੀਗੀ। ਜਦੋਂ ਬੱਚਿਆਂ ਨੂੰ ਪਤਾ ਵੀ ਪਿੱਛੋਂ ਸਾਡੇ ਕੋਲ ਆਹ ਜਗ੍ਹਾ ਤੋਂ ਪਾਣੀ ਆ ਰਿਹਾ ਅਤੇ ਇੰਨਾ ਅੱਗੇ ਪਲੇਨਸ ਦੇ ਵਿੱਚ ਹੈ, ਇੰਨਾ ਉਹ ਹੈ, ਉਹ ਚੀਜ਼ਾਂ ਬੜੀਆਂ ਅੱਛੇ ਤਰੀਕੇ ਨਾਲ ਉਹਨਾਂ ਨੇ ਬਿਊਟੀਫੁਲੀ ਪ੍ਰੈਜੈਂਟ ਕੀਤੀਆਂ ਹੋਈਆਂ ਸੀ। ਫਿਰ ਦੈਨ ਜੋ ਉੱਥੋਂ ਦੇ DSO ਸੀਗੇ ਉਹ ਕਹਿੰਦੇ ਕਿ ਵੀ ਇੱਕ ਏਰੀਆ ਦਾ ਨਾਂ ਹੈ ਕਿ ਸ਼ਾਹਪੁਰ ਕੰਡੀ, ਕਹਿੰਦੇ ਫਲੱਡ ਆਉਂਦੇ ਨੇ, ਫਲੱਡ ਨੂੰ ਤੁਸੀਂ ਜਦੋਂ ਸੰਭਾਲਦੇ ਹੋ, ਪ੍ਰੀਕੋਸ਼ਨ ਇਜ਼ ਬੈਟਰ ਦੈਨ ਕਿਓਰ ਨਹੀਂ ਹੁੰਦਾ ਹੈਗਾ ਸਾਡੇ ਇੱਥੇ। ਜਦੋਂ ਫਲੱਡ ਆ ਜਾਂਦੇ ਨੇ, ਲਾਈਕ ਹੁਣ ਬੰਬੇ ਦੇ ਵਿੱਚ ਆ ਚੁੱਕੇ ਹੋਏ ਨੇ, ਤਾਂ ਅਸੀਂ ਉਸ ਤੋਂ ਬਾਅਦ ਚੀਜ਼ਾਂ ਸ਼ੁਰੂ ਕਰਦੇ ਹਾਂ, ਪਰ ਉਹ ਫਲੱਡ ਕਿਉਂ ਆਉਂਦੇ ਨੇ ਉਹ ਨਹੀਂ, ਤੁਸੀਂ ਉਸ ਚੀਜ਼ ਦੇ ਉੱਤੇ ਨਹੀਂ ਉਹ ਕਰਦੇ ਹੈਗੇ। ਕਹਿੰਦੇ ਵੀ ਸਾਨੂੰ ਸ਼ਾਹਪੁਰ ਕੰਡੀ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਅਗਰ ਤੁਸੀਂ ਦੇਖਿਆ ਜਾਏ ਤਾਂ ਉਹਨਾਂ ਨੇ ਮਤਲਬ 3 ਡਿਪਾਰਟਮੈਂਟਸ ਨੇ ਇੱਕ ਸੋਲਿਡ ਪੁਆਇੰਟ ਰੱਖਿਆ, ਫੋਰੈਸਟ ਡਿਪਾਰਟਮੈਂਟ ਦੇ ਵਿੱਚ ਗੁਰਮਨ ਸਿੰਘ ਹੋਰਾਂ ਨੇ, ਦੈਨ ਸੋਇਲ ਡਿਪਾਰਟਮੈਂਟ ਵਾਲਿਆਂ ਨੇ, ਦੈਨ ਆਪਣਾ ਇੱਕ ਐਨੀਮਲ ਡੇਅਰੀ ਵਾਲਿਆਂ ਨੇ ਵੀ ਈਵਨ ਕਿਹਾ, ਉਹ ਕਹਿੰਦੇ ਕਿ ਵੀ ਜੇ ਸ਼ਾਹਪੁਰ ਕੰਡੀ ਦਾ ਪਾਣੀ ਉਸੇ ਜਗ੍ਹਾ ਦੇ ਉੱਤੇ ਹੀ ਰੋਕ ਦਿੱਤਾ ਜਾਵੇ, ਨੀਚੇ ਫਲੱਡ ਨਹੀਂ ਆਉਂਦੇ, ਅਗਰ ਤੁਸੀਂ ਡੈਮ ਵਾਲਿਆਂ ਦੀ ਉਹ ਵੀ ਜੋ ਚੀਜ਼ਾਂ ਜਦੋਂ ਡੈਮ ਬਣਾਇਆ ਜਾਂਦਾ ਹੈ, ਇੰਜੀਨੀਅਰ ਜੋ ਵੀ ਉਹਦੀ ਉਹ ਸ਼ੁਰੂ ਕਰਦੇ ਨੇ, ਉਹ ਕੰਸੈਪਟ ਉੱਥੇ ਤੱਕ ਹੀ, ਜਦੋਂ ਇਹ ਵਿੱਚ ਪੋਲੀਟੀਕਲੀ ਥੋੜ੍ਹਾ ਬਹੁਤ ਉਹ ਹੋ ਜਾਂਦਾ ਨਾ, ਉੱਥੇ ਪ੍ਰੋਬਲਮ ਆਉਂਦੀ ਹੈਗੀ ਹੈ। ਸੋ ਕਹਿੰਦੇ ਵੀ ਅਗਰ ਸ਼ਾਹਪੁਰ ਕੰਡੀ ਦਾ ਪਾਣੀ ਪੰਜਾਬ ਨੂੰ ਨੁਕਸਾਨ ਕਰਦਾ ਹੈ ਕਿ ਉੱਥੇ ਰੋਕ ਦਿੱਤਾ ਜਾਏ ਤਾਂ ਬੜਾ ਵਧੀਆ ਹੋ ਸਕਦਾ। ਆਫਟਰ ਦੈਟ ਇੱਕ ਉਹਨਾਂ ਨੇ ਚੀਜ਼ ਦੱਸੀ ਕਿ ਮੈਨੂੰ ਜਦੋਂ ਵਿਜ਼ਿਟ ਕਰਵਾਇਆ ਗਿਆ ਗੋਗਰੀਨ ਐਨਰਜੀ ਦੇ ਵਿੱਚ ਆਪਦੀ ਟੀਮ ਦੇ ਨਾਲ, ਜਦੋਂ ਮੈਂ ਗਈ ਆਫੀਸ਼ਲਸ ਨਾਲ, ਉੱਥੇ ਮਤਲਬ ਛੋਟੇ ਛੋਟੇ ਜਗ੍ਹਾ ਦੇ ਉੱਤੇ ਪੈਦਲ ਜਾ ਕੇ ਵਾਟਰ ਟ੍ਰੈਂਚਸ ਬਣਾਏ ਹੋਏ ਸੀਗੇ ਜੀ। ਵਾਟਰ ਟ੍ਰੈਂਚਸ ਮੈਂ ਉਹਨਾਂ ਨੂੰ ਕਿਹਾ ਵੀ ਇਹ ਕਿਉਂ ਬਣਾਏ ਹੋਏ, ਛੋਟੇ ਛੋਟੇ ਟੋਏ ਜੇ ਤੁਸੀਂ ਕਿਉਂ ਬਣਾਏ, ਦੇ ਸਾਈਡ ਕਿ ਜਦੋਂ ਪਹਾੜਾਂ ਦੇ ਪਾਣੀ ਆਉਂਦਾ ਉਹ ਜਦੋਂ ਨੀਚੇ ਜਾਂਦਾ ਤੇ ਕਈ ਵਾਰੀ ਸਹੀ ਜਾਂਦਾ ਤੇ ਕਈ ਵਾਰੀ ਨਹੀਂ ਜਾਂਦਾ, ਤੇ ਆਹ ਟ੍ਰੈਂਚਸ ਬਣਾਉਣ ਨਾਲ ਵੀ ਆਹ ਅਸੀਂ ਜਦੋਂ ਪਾਣੀ ਪਾ ਲਿਆ ਇਹਦੇ 'ਚ ਕੁਝ ਇਹੋ ਜਿਹੇ ਪੌਦੇ ਵੀ ਜਿੱਦਾਂ ਨਾਲ ਨੇੜੇ ਤੇੜੇ ਨੇ, ਇਹਨਾਂ ਨੂੰ ਬਹੁਤ ਥੋੜਾ ਪਾਣੀ ਚਾਹੀਦਾ ਹੁੰਦਾ, ਹਾਰਡਲੀ ਕੁਛ 1 ਸੈਂਟੀਮੀਟਰ ਵੀ ਉਹ ਆਪਣੇ ਆਪ ਪੇੜ ਬਣ ਜਾਂਦਾ ਆਫਟਰ ਦੈਟ ਟਾਈਮ। ਤੇ ਸਾਨੂੰ ਅਗਰ ਜਿੱਦਾਂ ਇਹ ਪੇੜ ਸਾਡੇ, ਪਹਾੜ ਸਾਡੇ ਬਿਲਕੁਲ ਖਤਮ ਹੋ ਚੁੱਕੇ ਨੇ, ਪੀਲੇ ਪੈ ਚੁੱਕੇ ਹੋਏ ਨੇ, ਅਗਰ ਅਸੀਂ ਟ੍ਰੈਂਚਸ ਬਣਾਉਣੀਆਂ ਵੀ ਸ਼ੁਰੂ ਕਰਦੇ, ਜਿਹੜਾ ਉੱਥੇ ਬੇਲਦਾਰ ਸੀਗੇ ਲਾਈਕ ਜਿਸ ਤਰ੍ਹਾਂ ਫੋਰੈਸਟ ਗਾਰਡ ਸੀਗੇ, ਉਹ ਪਹਾੜਾਂ ਦੇ ਉੱਤੇ ਵੈਜੀਟੇਸ਼ਨ ਖਤਮ ਹੋ ਚੁੱਕੀ ਹੋਈ ਹੈ, ਉਹਨਾਂ ਨੇ ਬਿਲਕੁਲ ਕਲੀਅਰਲੀ ਰਿਸਕੀ ਵੇ ਦੇ ਨਾਲ ਅਬਜ਼ਰਵ ਕਰਵਾਇਆ ਕਿ ਮੈਡਮ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੱਥੇ ਪਹਾੜ ਨਹੀਂ ਹੈਗੇ ਹੈ, ਪਹਾੜ 'ਤੇ ਜਿਹੜੀ ਵੈਜੀਟੇਸ਼ਨ ਹੈ ਉਹ ਨਾ ਦੇ ਬਰਾਬਰ ਹੈ, ਪਰ ਅੱਜ ਵੀ ਅਗਰ ਸਾਡੇ ਨਾਲ ਗਵਰਨਮੈਂਟ ਥੋੜ੍ਹਾ ਜਿਹਾ ਹੋਰ ਅੱਗੇ ਆਉਂਦੀ ਹੈ, ਸਾਨੂੰ ਆਰਟੀਫਿਸ਼ਲ ਪਾਣੀ ਦੇਣੇ ਪੈਣੇ ਆ, ਆਰਟੀਫਿਸ਼ਲ ਡੈਮ ਪ੍ਰੋਜੈਕਸ਼ਨ ਦੇ ਵਿੱਚ, ਚਲੋ ਅਗਰ ਡੈਮ ਪ੍ਰੋਜੈਕਸ਼ਨ 'ਚ ਉਹ ਵੀ ਲਗਾ ਲਓ, ਕਹਿੰਦੇ ਵੀ ਅਸੀਂ ਸਿੱਧਾ ਅਗਰ ਡਾਇਰੈਕਟ ਫੀਡਸ ਦੇ ਉੱਤੇ ਪਾਣੀ ਉੱਤੇ ਦੇ ਦਿੱਤਾ ਜਾਏ। ਜੰਗਲ ਦੇ ਵਿੱਚ ਇਹੋ ਜਿਹੇ ਪੌਦੇ ਸੀਗੇ, ਢੱਕ ਵਗੈਰਾ ਜਿੱਦਾਂ ਉਹਨਾਂ ਨੇ ਮੈਨੂੰ ਬੀਜ ਦਿਖਾਏ ਉਹਦੇ, ਕਿ ਉਹ ਹਾਰਡਲੀ ਉਹਨਾਂ ਨੂੰ 15-20 ਦਿਨ ਪਾਣੀ ਦੇਣ ਦੀ ਜ਼ਰੂਰਤ ਸੀਗੀ। ਤੇਜਿੰਦਰ ਜੀ, ਪਰ ਇੱਥੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ ਅੱਜ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਾਂ,
और असी ना सिर्फ बूटे लगा रहे हैं बल्कि असी बूटे प्रसाद वजो भी दे रहे हैं मंदिरों में गुरुद्वारों में मस्जिदों में इवन बर्थडे पार्टीज में लोग बूटे लगाने बूटे देने शुरू कर दिए हैं गिफ्ट के तौर पर पर वो बूटे लग कितने रहे हैं बूटियां की सेवा संभाल हो भी पा रही है बूटे आखिर वो किस हालत में ने कि उन्होंने हालत इस समय दरखत है एक बहुत वड्डे दरखत की तरह बन चुकी है हालत या फिर वो जर्जर जमीन में ही अपनी बुनियाद ही गवा चुके हैं इस मुद्दे पर भी गल करेंगे एक छोटे जे ब्रेक तो बाद छेती वापस आ रहे हैं ਤੇਜਿੰਦਰ ਕੌਰ ਸੋਨੀਆ ਜੀ ਦੀਪਕ ਜਸਵਾਲ ਜੀ ਅਤੇ ਰਮਨ ਜੀ ਰਮਨ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਲਗਾਤਾਰ ਇਸਰੋ ਵਿੱਚ ਜੋ ਸਾਇੰਟਿਸਟ ਬੈਠੇ ਨੇ ਉਹ ਆਖਿਰ ਕਰ ਕੀ ਰਹੇ ਨੇ ਕੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅੱਜ ਹੁਣ ਲੋਕਾਂ ਨੂੰ ਅਸੀਂ ਬਹੁਤ ਕੁਝ ਸਮਝਾ ਲਿਆ ਹੁਣ ਸਾਨੂੰ ਜਿਹੜੇ ਸਟੈਪਸ ਨੇ ਬਹੁਤ ਤੇਜ਼ੀ ਨਾਲ ਅੱਗੇ ਵਧਾਉਣੇ ਚਾਹੀਦੇ ਨੇ ਇੱਕ ਇਹੋ ਜਿਹਾ ਪ੍ਰੋਜੈਕਟ ਹੈ ਇੰਟਰਲਿੰਕਿੰਗ ਆਫ ਰਿਵਰਸ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੱਕ ਨਵਾਂ ਪ੍ਰੋਜੈਕਟ ਚਲਾਇਆ ਹੈ ਜਲ ਸੰਸਾਧਨ ਜੀ ਆਪਣਾ ਉਹਦੇ ਵਿੱਚ ਕਿਹਾ ਹੈ ਕਿ ਅੱਜ ਇੰਨੀ ਛੇਤੀ ਇੰਡੀਵਿਜੁਅਲ ਲੈਵਲ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਕਿ ਅਸੀਂ ਸਾਰੀ ਨਹਿਰਾਂ ਨੂੰ ਜਾਂ ਨਦੀਆਂ ਨੂੰ ਜੋੜਨ ਦੀ ਇਹਦੇ 'ਚ ਪ੍ਰੋਜੈਕਟ ਚੱਲ ਰਿਹਾ ਜੀ ਜਿੰਨੇ ਵੀ ਵਿਗਿਆਨਿਕ ਹੈਗੇ ਆ ਉਹਨਾਂ ਨੇ ਵਰਡ ਮੁੱਢਲੀ ਦਾਤ ਨੂੰ ਸਮਝਾ ਸੰਭਾਲਣ ਕਰਨ ਵਾਸਤੇ ਜਿਸ ਤਰ੍ਹਾਂ ਬ੍ਰਹਮਪੁੱਤਰਾ 'ਚ ਹਰ ਸਾਲ ਫਲੱਡ ਆਉਂਦਾ ਉਹਨੂੰ ਪਾਣੀ ਚੱਕ ਕੇ ਕਿਧਰੇ ਹੋਰ ਲੈ ਕੇ ਜਾਣਾ ਹੈਗਾ ਕਾਵੇਰੀ ਰਿਵਰ ਦਾ ਇਸ਼ੂ ਹੈਗਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਇੱਕ ਨੈਸ਼ਨਲ ਪਲੇਟਫਾਰਮ ਪਰ ਇਹ ਇੱਕ ਪ੍ਰੋਜੈਕਟ ਚੱਲ ਰਿਹਾ ਇੰਟਰਲਿੰਕਿੰਗ ਔਰ ਰਿਵਰਸ ਉਹਦੇ ਨਾਲ ਹੋਊਗਾ ਕਿਉਂਕਿ ਜਿਹੜਾ ਡਰਾਊਟ ਨਾਲ ਆਪਣਾ ਏਰੀਆ ਹੈਗਾ ਉਹਨਾਂ ਨੂੰ ਰਿਪਲੈਨਿਸ਼ਮੈਂਟ ਕਰਨੀ ਹੈ ਆਪਾਂ ਨੇ ਅਤੇ ਉੱਥੇ ਜਾ ਕੇ ਆਪਣਾ ਗਰਾਊਂਡ ਵਾਟਰ ਦਾ ਲੈਵਲ ਵਧੂਗਾ ਜੀ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਇੰਪਲੀਮੈਂਟ ਹੋ ਵੀ ਰਿਹਾ ਇਹ ਬਹੁਤ ਹੀ ਬੜੀ ਤਾਦਾਦ ਦੇ ਵਿੱਚ ਬਹੁਤ ਛੇਤੀ ਕਿਉਂਕਿ ਸਰਕਾਰਾਂ ਕੋਈ ਨਾ ਕੋਈ ਮੁਹਿੰਮ ਜ਼ਰੂਰ ਸ਼ੁਰੂ ਕਰ ਦਿੰਦੀਆਂ ਨੇ ਪਰ ਉਹ ਮੁਹਿੰਮ ਕਿਤੇ ਨਾ ਕਿਤੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਨਹੀਂ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਕਿਉਂਕਿ ਜੇ ਅਸੀਂ ਇਸ ਦੇ ਵਿੱਚ ਕੋਈ ਵੀ ਢਿੱਲ ਪਾਉਂਦੇ ਹਾਂ ਜੀ ਤਾਂ ਆਉਣ ਵਾਲਾ ਟਾਈਮ ਆਪਣਾ ਬਹੁਤ ਖਰਾਬ ਹੋਊਗਾ ਇਸ ਕਰਕੇ ਇਹਦੇ ਨਾ ਤਾਂ ਢਿੱਲ ਪੈਣੀ ਹੈ ਨਾ ਹੀ ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਵੱਲੋਂ ਕੋਈ ਵੀ ਢਿੱਲ ਵਰਤੀ ਜਾ ਰਹੀ ਜੀ ਦੀਪਕ ਜੀ ਜਿਵੇਂ ਰਮਨ ਜੀ ਨੇ ਕਿਹਾ ਕਿ ਲਗਾਤਾਰ ਮੁਹਿੰਮ ਸ਼ੁਰੂ ਹੋ ਚੁੱਕੀਆਂ ਨੇ ਨਦੀਆਂ ਨੂੰ ਔਰ ਨਹਿਰਾਂ ਨੂੰ ਸਾਫ਼ ਸਫਾਈ ਵੀ ਉਹਨਾਂ ਦੀ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਅੱਜ ਅਸੀਂ ਪਿੰਡਾਂ ਵੱਲ ਵੀ ਜਾਈਏ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਛੱਪੜ ਬਣਾਏ ਗਏ ਸੀ ਛੱਪੜ ਇਸ ਲਈ ਬਣਾਏ ਗਏ ਸੀ ਤਾਂ ਜੋ ਵਾਟਰ ਨੂੰ ਸਟੋਰ ਕੀਤਾ ਜਾ ਸਕੇ ਔਰ ਜ਼ਰੂਰਤ ਦੇ ਟਾਈਮ 'ਤੇ ਉਸ ਪਾਣੀ ਨੂੰ ਯੂਜ਼ ਕੀਤਾ ਜਾ ਸਕੇ ਲੇਕਿਨ ਅੱਜ ਹੋ ਕੀ ਰਿਹਾ ਹੈ ਉਹਨਾਂ ਹੀ ਛੱਪੜਾਂ ਵਿੱਚ ਮੱਝਾਂ ਘੁੰਮ ਰਹੀਆਂ ਨੇ ਉਹ ਛੱਪੜ ਅੱਜ ਕੱਲ੍ਹ ਮੱਛਰਦਾਨੀ ਦੇ ਕੇਂਦਰ ਬਣ ਚੁੱਕੇ ਨੇ ਕਹਿ ਲਓ ਕਿ ਬਿਮਾਰੀ ਦਾ ਘਰ ਅਸੀਂ ਉਹ ਪਾਣੀ ਪੀ ਨਹੀਂ ਸਕਦੇ ਪਰ ਫਿਰ ਵੀ ਅੱਜ ਸਾਡੇ ਬੱਚੇ ਵੀ ਉਹਨਾਂ ਮੱਝਾਂ ਨਾਲ ਹੀ ਨਹਾ ਰਹੇ ਨੇ ਅਸੀਂ ਉਸ ਪਾਣੀ ਵਿੱਚ ਆਸ ਪਾਸ ਰਹਿਣ ਵਿੱਚ ਮਜਬੂਰ ਹੋ ਰਹੇ ਹਾਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਮੇਰਾ ਲੱਗਦਾ ਹੈਗਾ ਕਿ ਸਾਰਿਆਂ ਪਿੰਡਾਂ 'ਚ ਨਹੀਂ ਹੈਗੀਆਂ ਜਿੱਥੇ ਮੇਰਾ ਪਿੰਡ ਹੈਗਾ ਮਿਰਜ਼ਾਪੁਰ ਖੜਿਆ ਦਾ ਉੱਥੇ ਵੀ ਛੱਪੜ ਹੁੰਦਾ ਸੀਗਾ ਜੀ ਉੱਥੇ ਹੁਣ ਕੀ ਕੀਤਾ ਹੈਗਾ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਨੇ ਛੱਪੜ ਨੂੰ ਪੱਕਾ ਕਰਕੇ ਨਾ ਸੀਮੈਂਟਡ ਕਰਕੇ ਉਹਦੇ ਪਾਣੀ ਨੂੰ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਪੌਂਡ ਹੈਗਾ ਉਹਦੇ ਵਿੱਚ ਤਬਦੀਲ ਕਰਤਾ ਉਹਨਾਂ ਜੀ ਉਹਦੀ ਇਸਤੇਮਾਲ ਕਰਦੇ ਹੈ ਸਰਕਾਰੀ ਮਦਦ ਨਾਲ ਜਾਂ NRI ਦੀ ਮਦਦ ਨਾਲ ਇਹਦੇ ਵਿੱਚ ਦੋਨੋਂ ਹੀ ਇਨਵੋਲਵ ਸੀਗੇ ਜੀ ਅਸੀਂ ਵੀ ਜੋ ਵੀ ਕੰਟਰੀਬਿਊਸ਼ਨ ਕੀਤਾ ਹੈਗਾ ਉਹ ਵੀ ਕੀਤਾ ਹੈਗਾ NRI ਦਾ ਬਹੁਤ ਵੱਡਾ ਹੱਥ ਹੈਗਾ ਇਹਦੇ ਵਿੱਚ ਕਿਉਂਕਿ NRI ਜਿਹੜੀ ਕਮਿਊਨਿਟੀ ਹੈਗੀ ਹੈ ਜੀ ਬਾਹਰੋਂ ਭਾਵਾਂ ਬਾਹਰ ਰਹਿੰਦੇ ਹੈਗੇ ਆ ਕਮਾਉਂਦੇ ਹੈਗੇ ਲੇਕਿਨ ਉਹਨਾਂ ਦਾ ਦਿਲ ਉਹਨਾਂ ਦਾ ਦਿਮਾਗ ਤਾਂ ਇੰਡੀਆ 'ਚ ਹੀ ਵੱਸਦਾ ਹੈਗਾ ਬਿਲਕੁਲ ਸਾਨੂੰ ਹਰ ਵੇਲੇ ਆਪਣੇ ਇੰਡੀਆ ਦੀ ਯਾਦ ਆਉਂਦੀ ਹੈਗੀ ਆ ਮੈਂ ਇੰਡੀਆ ਵਾਪਸ ਆਉਣ ਤੋਂ ਪਹਿਲਾਂ ਪ੍ਰਾਈਮ ਮਿਨਿਸਟਰਸ ਆਫਿਸ ਤਾਂ ਚੀਫ ਮਿਨਿਸਟਰਸ ਆਫਿਸ ਨੂੰ ਬਥੇਰੀਆਂ ਮੇਲਾਂ ਲਿਖੀਆਂ ਕਿ ਬਈ ਮੈਂ ਵਾਪਸ ਆ ਕੇ ਕੁਝ ਵਧੀਆ ਕੰਮ ਕਰਨਾ ਚਾਹੁੰਦਾ ਸੋਸ਼ਲ ਵਰਕ ਕਰਨਾ ਚਾਹੁੰਦਾ ਹੈਗਾ ਇੰਡੀਆ ਦਾ ਜਿਹੜਾ ਯੂਥ ਹੈਗਾ ਜਿਹੜਾ ਭਟਕ ਰਿਹਾ ਹੈਗਾ ਜਾਂ ਜਿਹਨਾਂ ਨੂੰ ਕੁਝ ਡਾਇਰੈਕਸ਼ਨ ਨਹੀਂ ਮਿਲ ਰਹੀ ਹੈਗੀ ਹੈ ਜੀ ਉਹਨਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਾਂਗਾ ਇਸ ਕਰਕੇ ਕੰਸਲਟੈਂਸੀ ਵੀ ਅਸੀਂ ਨਾਲ ਹੀ ਇਸ ਤਰ੍ਹਾਂ ਦੀ ਕਰ ਸਕਦੇ ਹੈਗੇ ਹਾਂ ਜੀ ਤਾਂ ਤੁਸੀਂ ਕਿਹਾ ਹੈਗਾ ਕਿ ਜਿਹੜੇ ਛੱਪੜ ਹੈਗੇ ਉਹ ਸਿਰਫ ਦੇਖੀਏ ਪਾਣੀ ਵੀ ਵੇਸਟ ਹੋ ਰਿਹਾ ਨਾਲ ਮੱਛਰ ਮੱਖੀਆਂ ਫਿਰ ਅਸੀਂ ਕਹਿੰਦੇ ਹਾਂ ਕਿ ਮਲੇਰੀਆ ਨਹੀਂ ਜਾ ਰਿਹਾ ਜੀ ਆਹ ਨਹੀਂ ਹੋ ਰਿਹਾ ਇਹ ਆਪਾਂ ਰੂਟ ਕੋਜ਼ ਨੂੰ ਜਦ ਤੱਕ ਨਹੀਂ ਖਤਮ ਕਰਾਂਗੇ ਬਿਮਾਰੀਆਂ ਤਾਂ ਫੈਲੀਆਂ ਹੈਗੀਆਂ ਜੀ ਕਿੰਨੀ ਕੁ ਦਵਾਈਆਂ ਵੰਡਾਂਗੇ ਕਿੰਨੇ ਕੁ ਬੱਚਿਆਂ ਨੂੰ ਤੁਸੀਂ ਬਚਾਓਗੇ ਹੁਣ ਪੋਲੀਓ ਦਾ ਇਰੈਡੀਕੇਸ਼ਨ ਕੀਤਾ ਹੈਗਾ ਹਰ ਦੂਸਰੇ ਦਿਨ ਅਮਿਤਾਭ ਬੱਚਨ ਜੀ ਆ ਕੇ ਕਹਿੰਦੇ ਸੀਗੇ ਪੋਲੀ ਦਾ ਡ੍ਰੌਪ ਲਾਓ ਆਪਾਂ ਪਾਣੀ ਬਾਰੇ ਕਿਉਂ ਨਹੀਂ ਕਰ ਸਕਦੇ ਐਗਜੈਕਟਲੀ ਵੱਡੇ ਵੱਡੇ ਜਿਹੜੇ ਫਿਲਮ ਸਟਾਰਸ ਹੈਗੇ ਜਿਹੜੇ ਸਾਡੇ ਇੰਨੇ ਯੂਥ ਆਈਕੋਨਸ ਹੈਗੇ ਆ ਪੂਰਾ ਇੰਡੀਆ ਦੇ ਆਈਕੋਨਸ ਹੈਗੇ ਆ ਉਹਨਾਂ ਨੂੰ ਇਨਵੋਲਵ ਕਰਕੇ ਜਿੰਨੀਆਂ ਵੀ ਮੂਵੀਜ਼ ਬਣਦੀਆਂ ਹੈਗੀਆਂ ਮੈਂਡੇਟਰੀ ਕਿਉਂ ਨਹੀਂ ਕਰ ਦਿੰਦੀ ਸਰਕਾਰ ਕਿ ਬਈ ਤੁਸੀਂ ਪਾਣੀ ਨੂੰ ਬਚਾਓ ਜੀ ਬ੍ਰਾਂਡ ਅਨਾਉਂਸਮੈਂਟ ਸਿਰਫ ਮੂਵੀ ਸਟਾਰਟ ਹੀ ਉੱਥੋਂ ਹੋਣੀ ਚਾਹੀਦੀ ਹੈ ਰਾਈਟ ਬਿਲਕੁਲ ਰਾਦਰ ਕੇ ਮਤਲਬ ਬੱਚਿਆਂ ਨੂੰ ਐਗਜ਼ੈਕਟ ਇੰਪੈਕਟ ਪੈਣਾ ਚਾਹੀਦਾ ਕਿ
ਵਾਟਰ ਇਜ਼ ਪ੍ਰੈਸ਼ਸ ਜਿੰਦਾ ਜੀ ਦੀਪਕ ਜੀ ਇਸ ਗੱਲ ਨਾਲ ਮੈਂ ਇਤਫਾਕ ਨਹੀਂ ਰੱਖਾਂਗਾ ਕਿਉਂਕਿ ਅਸੀਂ ਮੈਂ ਜਦ ਦਾ ਸਕੂਲ ਵਿੱਚ ਸੀਗਾ ਮੈਨੂੰ ਯਾਦ ਹੈ ਮੇਰੇ ਪੇਰੈਂਟਸ ਵੀ ਸਾਨੂੰ ਸਿਖਾਉਂਦੇ ਸੀ ਕਿ ਪਾਣੀ ਦੀ ਬਚਤ ਕਰੋ ਮੈਨੂੰ ਯਾਦ ਹੈ ਜਦੋਂ ਅਸੀਂ ਟੁੱਥਬ੍ਰਸ਼ ਕਰਦੇ ਸੀ ਤਾਂ ਸਾਡੇ ਪੇਰੈਂਟਸ ਕਹਿੰਦੇ ਸੀ ਬੇਟਾ ਨਲਕਾ ਬੰਦ ਕਰ ਦਿਓ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪੂਰਾ ਟੁੱਥਬ੍ਰਸ਼ ਕਰਦੇ ਹਾਂ ਅਸੀਂ ਇੱਕ ਪਾਣੀ ਦੀ ਬਾਲਟੀ ਜਿਹੜੀ ਹੈ ਪੂਰੀ ਵਹਿ ਚੁੱਕੀ ਹੁੰਦੀ ਹੈ ਕਈ ਘਰਾਂ 'ਚ ਅੱਜ ਉਹ ਸਿਲਸਿਲਾ ਲਗਾਤਾਰ ਬਦਸਤੂਰ ਜਾਰੀ ਹੈ ਬੱਚਾ ਟੁੱਥਬ੍ਰਸ਼ ਕਰ ਰਿਹਾ ਚਾਹੇ ਉਹ ਵੱਡੇ ਵੀ ਟੁੱਥਬ੍ਰਸ਼ ਕਰ ਰਿਹਾ ਲੇਕਿਨ ਜਿਹੜਾ ਨਲਕਾ ਹੈ ਉਹ ਲਗਾਤਾਰ ਫਲੋ ਵਿੱਚ ਹੈ ਅਸੀਂ ਯਾਨੀ ਕਿ ਆਪਣੇ ਘਰ ਵਿੱਚ ਹੀ ਉਹ ਸੁਧਾਰ ਨਹੀਂ ਲਿਆ ਪਾ ਰਹੇ ਅਸੀਂ ਕਿਉਂ ਐਕਸਪੈਕਟ ਕਰੀਏ ਕਿ ਕੋਈ ਸਾਨੂੰ ਆ ਕੇ ਸਮਝਾਏਗਾ ਕਿ ਸਾਡੀ ਆਪਣੇ ਦਿਮਾਗ ਦੀ ਸ਼ਕਤੀ ਕੰਮ ਕਰਨੀ ਬੰਦ ਕਰ ਦਿੱਤੀ ਅਸੀਂ ਆਪਣੀ ਸੈਲਫ ਉਹੀ ਐਜੂਕੇਸ਼ਨ ਦੂਸਰਾ ਪਰਿੰਦਰ ਜੀ ਤੁਸੀਂ ਜਿੱਦਾਂ ਤੁਹਾਡੇ ਪੇਰੈਂਟਸ ਕਾਫੀ ਅਵੇਅਰ ਸੀਗੇ ਉਹਨਾਂ ਨੇ ਇਹ ਚੀਜ਼ ਨੂੰ ਪਛਾਣਿਆ ਉਹਨਾਂ ਨੇ ਸਮਝਿਆ ਕਿ ਜੇ ਅਸੀਂ ਆਪਣੀ ਜਨਰੇਸ਼ਨ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਦਿੱਤੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਤਾਂ ਅੱਗੇ ਜਾ ਕੇ ਇਹਨਾਂ ਨੂੰ ਤਕਲੀਫ ਹੋਣੀ ਆ ਲੇਕਿਨ ਕੀ ਸਾਰੇ ਪੇਰੈਂਟਸ ਨੂੰ ਇਹ ਅਵੇਅਰਨੈਸ ਹੈਗੀ ਆ ਜੇ ਨਹੀਂ ਹੈਗੀ ਆ ਤਾਂ ਸਰਕਾਰ ਜਾਂ ਜਿਹੜੀ ਗਵਰਨਮੈਂਟਲ ਏਜੰਸੀਜ਼ ਹੈਗੀਆਂ ਜਾਂ ਨਾਨ ਗਵਰਨਮੈਂਟਲ ਤਾਂ ਹੋਣਾ ਹੀ ਚਾਹੀਦਾ ਕੁਝ ਵੀ ਇਹ ਕਰਨਾ ਚਾਹੀਦਾ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੰਨਾ ਕਿਹਦੇ ਬਾਰੇ ਦੱਸਿਆ ਜਾਂਦਾ ਅਸੀਂ ਹਿਸਟਰੀ ਬਾਰੇ ਸਾਰਾ ਦੱਸਦੇ ਹੈਗੇ ਉਹ ਤੈਮੂਰ ਲੰਗ ਕਿੱਥੋਂ ਆਇਆ ਸੀਗਾ ਉਹ ਉਹਦੇ ਬਦਲੇ ਜੇ ਆਪਾਂ ਬੱਚਿਆਂ ਨੂੰ ਦੱਸੀਏ ਨਾ ਹੈਗੀ ਦੀਪਕ ਜੀ ਇਹ ਕਿਉਂ ਨਹੀਂ ਅਸੀਂ ਮਤਲਬ ਪ੍ਰੈਕਟੀਕਲੀ ਨਹੀਂ ਆ ਰਿਹਾ ਨਾ ਇੰਪਲੀਮੈਂਟੇਸ਼ਨ ਨਹੀਂ ਹੈਗੀ ਹੈ ਸਾਡੀ ਮੋਰਲ ਵੈਲਿਊ ਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਅਸੀਂ ਇਸ ਮੁੱਦੇ ਨੂੰ ਡਿਵੈਲਪਮੈਂਟ ਦੇ ਮੁੱਦੇ ਨੂੰ ਲੈ ਕੇ ਡਿਵੈਲਪਮੈਂਟ ਇੱਦਾਂ ਲੱਗਦਾ ਕਿ ਇੱਕ ਐਨਮੀ ਬਣ ਚੁੱਕੀ ਹੈ ਆਪਣੇ ਪਾਸਟ ਨੂੰ ਲੈ ਕੇ ਨੇਚਰ ਅੱਜ ਆਪਾਂ ਪਹਿਲਾਂ ਪਾਉਣ ਨੂੰ ਕਹਿ ਰਹੇ ਹਾਂ ਪਹਿਲਾਂ ਅਸੀਂ ਉਹਨਾਂ ਨੂੰ ਭਰ ਕੇ ਡਿਵੈਲਪਮੈਂਟ ਦੇ ਉੱਤੇ ਲੈ ਕੇ ਜਾ ਰਹੇ ਹਾਂ ਹੁਣ ਡਿਵੈਲਪਮੈਂਟ ਦੁਆਰ ਤੋਂ ਅਸੀਂ ਪਾਉਣ ਦੇ ਉੱਤੇ ਔਰ ਤੁਸੀਂ ਗੱਲ ਇਹ ਵੀ ਕਿ ਅਸੀਂ ਜਦੋਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਸਾਡੇ ਦਿਮਾਗ ਵਿੱਚ ਸਿਰਫ ਵੱਡੇ ਵੱਡੇ ਬ੍ਰਿਜ ਆਉਂਦੇ ਆ ਵੱਡੀਆਂ ਵੱਡੀਆਂ ਇਮਾਰਤਾਂ ਆਉਂਦੀਆਂ ਡਿਵੈਲਪਮੈਂਟ ਬੁਨਿਆਦੀ ਸਹੂਲਤਾਂ ਤੋਂ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਬਾਹਰ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਅਸੀਂ ਕਿਉਂਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੀ ਹਮੇਸ਼ਾ ਮਿਸਾਲਾਂ ਦਿੰਦੇ ਹਾਂ ਕਿ ਉੱਥੇ ਸੜਕਾਂ ਬਹੁਤ ਸਾਫ਼ ਨੇ ਉੱਥੇ ਰਹਿਣ ਦਾ ਢੰਗ ਜਿਹੜਾ ਬਹੁਤ ਵਧੀਆ ਔਰ ਜਦੋਂ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਔਰ ਮੈਨੂੰ ਉੱਥੇ ਦੇ ਲੋਕਾਂ ਨੇ ਖੁਦ ਦੱਸਿਆ ਕਿ ਜਦੋਂ ਕੋਈ ਵੀ ਕਲੋਨੀ ਜਾਂ ਇੱਕ ਘਰ ਨੂੰ ਕਿਤੇ ਵਸਾਇਆ ਜਾਂਦਾ ਤਾਂ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਕਿ ਉਸ ਪੂਰੇ ਘਰ ਨੂੰ ਵੇਖਣਾ ਉਸ ਪੂਰੀ ਫੈਮਿਲੀ ਦਾ ਦੇਖਣਾ ਕਿ ਕੀ ਜਿੱਥੇ ਉਹ ਰਹਿ ਰਹੇ ਨੇ ਕੀ ਉਹ ਰਹਿਣ ਲਾਇਕ ਜਗ੍ਹਾ ਵੀ ਹੈ ਕਿ ਉੱਥੇ ਪਾਣੀ ਗੈਸ ਪੂਰੀ ਤਰ੍ਹਾਂ ਪਹੁੰਚ ਪਾ ਰਿਹਾ ਹੈ ਕਿ ਕੋਈ ਆਸ ਪਾਸ ਪੋਲਿਊਟਿਡ ਏਅਰ ਤਾਂ ਨਹੀਂ ਹੈ ਕੋਈ ਇੰਡਸਟਰੀ ਤਾਂ ਨਹੀਂ ਹੈ ਇਸਦੇ ਆਸ ਪਾਸ ਪਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਭਾਰਤ ਵਿੱਚ ਅਜਿਹਾ ਸੋਚਣਾ ਵੀ ਬਹੁਤ ਦੂਰ ਦੂਰ ਦੀ ਗੱਲ ਹੈ ਕਿਉਂ ਦੀਪਕ ਜੀ USA ਵਿੱਚ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ USA ਵਿੱਚ ਤਾਂ ਕਲੀਨ ਡਰਿੰਕਿੰਗ ਵਾਟਰ ਐਕਟ ਹੈਗਾ ਜੀ ਜਿਹੜਾ 1952 ਸ਼ਾਇਦ ਦੇ 1950 ਤੋਂ ਚੱਲ ਰਿਹਾ ਹੈਗਾ ਜਿੱਦਾਂ ਤੁਸੀਂ ਦੱਸਿਆ ਕਿਸੇ ਵੀ ਏਰੀਆ ਨੂੰ ਇਨਹੈਬਿਟੇਬਲ ਬਣਾਉਣ ਤੋਂ ਪਹਿਲਾਂ ਗੌਰਮੈਂਟ ਪੂਰੀ ਫਿਜ਼ੀਬਿਲਿਟੀ ਰਿਪੋਰਟ ਲੈਂਦੀ ਹੈਗੀ ਆ ਉੱਥੇ ਵਾਟਰ ਟੇਬਲ ਕੀ ਹੈਗਾ ਉੱਥੇ ਰਹਿਣ ਦਾ ਕਿੱਦਾਂ ਹੈਗਾ ਗੈਸ ਪਾਈਪਲਾਈਨ ਪਹੁੰਚ ਸਕਦੀ ਕਿ ਨਹੀਂ ਪਹੁੰਚ ਸਕਦੀ ਹੈਗੀ ਆ ਪਾਣੀ ਦਾ ਕਲੀਨ ਡਰਿੰਕਿੰਗ ਵਾਟਰ ਦਾ ਉੱਥੇ ਮੁਹੱਈਆ ਕਰਾ ਸਕਦੇ ਕਿ ਨਹੀਂ ਕਰਾ ਸਕਦੇ ਹੈਗੇ ਆ ਡਿਵੈਲਪ ਕੰਟਰੀਜ਼ ਹੈਗੀਆਂ ਇਸ ਵੇਲੇ ਦੁਨੀਆ ਦੇ 205 ਦੇਸ਼ਾਂ ਵਿੱਚੋਂ ਸਿਰਫ 50 ਕੰਟਰੀਜ਼ ਨੇ ਜਿਹੜੇ ਟੈਪ ਵਾਟਰ ਵਿੱਚ ਡਰਿੰਕਿੰਗ ਵਾਟਰ ਦੀ ਕੁਆਲਿਟੀ ਦੇ ਰਹੇ ਨੇ ਬਿਲਕੁਲ ਇਹ ਹੈਗੇ ਆ ਉਹ ਡਿਵੈਲਪ ਨੇਸ਼ਨ ਜਿਨ੍ਹਾਂ ਨੇ ਇਸ ਪ੍ਰੋਬਲਮ ਨੂੰ ਬਹੁਤ ਪਹਿਲਾਂ ਸਮਝਿਆ ਤਾਂ ਬਹੁਤ ਪਹਿਲਾਂ ਇਹਦੇ ਉੱਤੇ ਐਕਸ਼ਨ ਲੈ ਲਿਆ ਜੀ ਅੱਜ ਤੱਕ ਸਾਨੂੰ ਇਹਦੇ ਬਾਰੇ ਪਤਾ ਲੱਗ ਗਿਆ ਹੈਗਾ ਅਸੀਂ ਪੈਨਿਕ ਸਿਚੁਏਸ਼ਨ ਕ੍ਰੀਏਟ ਹੋ ਚੁੱਕੀ ਨਹੀਂ ਅਸੀਂ ਕਿਉਂ ਨਹੀਂ ਇਹਦੇ ਉੱਤੇ ਵਾਰ ਫੁਟਿੰਗ ਦੇ ਕੰਮ ਕਰਦੇ ਜੀ ਮੈਂ ਦੇਖ ਰਿਹਾ ਕਿ ਤੁਹਾਡੇ ਹੱਥ ਵਿੱਚ ਵੀ ਬਹੁਤ ਕੁਝ ਕਾਗਜ਼ ਫੜੇ ਹੋਏ ਨੇ ਇਹ ਕਿਉਂ ਕਾਗਜ਼ ਫੜੇ ਹੋਏ ਤੁਸੀਂ ਇਹ ਜੀ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਇੱਕ ਲੀਡਿੰਗ ਨਿਊਜ਼ਪੇਪਰ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈਗੀ ਆ ਉਹਨੂੰ ਕਹਿੰਦੇ ਹੈਗੇ ਆ ਵਾਟਰ ਪੋਜ਼ਿਟਿਵ ਕਹਿੰਦੇ ਮੇਕ ਇੰਡੀਆ ਵਾਟਰ ਪੋਜ਼ਿਟਿਵ ਇਸ ਵੇਲੇ ਅਸੀਂ ਵਾਟਰ ਨੈਗੇਟਿਵ ਹੈਗੇ ਹਾਂ ਨੈਗੇਟਿਵ ਦਾ ਮਤਲਬ ਜਦੋਂ ਤੁਸੀਂ ਕਿਹਾ ਜਿੱਦਾਂ ਕਿ ਬੁਰਸ਼ ਕਰਨ ਦੇ ਵੇਲੇ ਸਾਡਾ ਟੈਪ ਖੁੱਲ੍ਹਾ ਰਹਿੰਦਾ ਜਿੱਥੇ ਇੱਕ ਕੱਪ ਪਾਣੀ ਲੱਗਣਾ ਸੀਗਾ ਸਾਰੀ ਬਾਲਟੀ ਪਾਣੀ ਰੁੜ ਜਾਂਦਾ ਹੈਗਾ ਉਹ ਪਾਣੀ ਵੇਸਟ ਹੋ ਜਾਂਦਾ ਰਾਈਟ ਉਹ ਰੀਯੂਜ਼ ਵੀ ਨਹੀਂ ਹੋ ਰਿਹਾ ਸਾਡੇ ਕੋਲ ਰੀਸਾਈਕਲਿੰਗ ਦਾ ਰੀਯੂਜ਼ਿੰਗ ਦੇ ਟੈਕਨੀਕਸ ਵੀ ਹਲੇ ਆਪਾਂ ਉਹਨੇ ਡਿਵੈਲਪ ਨਹੀਂ ਕੀਤੇ ਐਡਵਾਂਸ ਨਹੀਂ ਕੀਤੇ ਇਹ ਜੀ ਮੇਰੇ ਕੋਲ ਥੋੜ੍ਹਾ ਜਿਹਾ ਡੇਟਾ ਹੈਗਾ ਥੋੜ੍ਹਾ ਜਿਹਾ ਤੱਥ ਹੈਗੇ ਆ July 2010 ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਇੱਕਦਮ ਕਲੀਅਰਲੀ ਦੱਸਿਆ ਸੀਗਾ ਕਿ ਵਾਟਰ ਦਾ ਜਿਹੜਾ ਸੈਨੀਟੇਸ਼ਨ ਹੈਗਾ ਜੀ ਉਹ ਐਸੈਂਸ਼ੀਅਲ ਹਿਊਮਨ ਰਾਈਟ ਹੈਗਾ ਜੀ ਉਹਨਾਂ ਦਾ ਰੈਜ਼ੋਲੂਸ਼ਨ ਨੰਬਰ ਸੀਗਾ 64/292 ਹੁਣ ਉਹਦੇ ਵਿੱਚ ਇੰਡੀਆ ਵੀ ਤਾਂ ਹਿੱਸਾ ਲੈਂਦਾ ਹੈ ਪਾਕਿਸਤਾਨ ਹਿੰਦਾ ਸਾਰੇ ਸਾਰੇ ਦੇਸ਼ ਹਿੱਸਾ ਲੈਂਦੇ ਹੈਗੇ ਆ ਸਾਰਿਆਂ ਨੂੰ ਉਹਨਾਂ ਨੇ ਕਲੀਅਰਲੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬਣਨ ਤੋਂ ਬਾਅਦ ਤਾਂ ਬਲਕਿ ਹੋਰ ਜ਼ੋਰ ਨਾਲ ਹਿੱਸਾ ਲੈਂਦਾ ਭਾਰਤ ਜੀ 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 ਬਿਲਕੁਲ ਬਿਲਕੁਲ ਕਿਹਾ ਤਾਂ ਇਹ ਜਾਂਦਾ ਕਿਹਾ ਤਾਂ ਇਹ ਨਹੀਂ ਹੈ ਵੀ ਇਹੀ ਆ ਕਿਉਂਕਿ ਮੈਂ ਬਾਹਰ ਰਹਿ ਕੇ ਆਇਆ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ UAE ਦੇ ਵਿੱਚ ਮੈਂ ਸੀਗਾ ਦੁਬਈ ਦੇ ਵਿੱਚ ਸੀਗਾ ਇਹਨਾਂ ਦੇ ਪਿਛਲੇ ਸਟਿੰਟ ਦੇ ਵਿੱਚ ਸਾਡੇ ਕੋਲ ਆਏ ਉੱਥੇ ਤਾਂ ਇੱਕ ਵਧੀਆ ਸਾਨੂੰ ਪੋਜ਼ਿਟਿਵ ਮਾਹੌਲ ਮਿਲਿਆ ਉੱਥੇ ਕਿ ਸਾਡੀ ਗਵਰਨਮੈਂਟ ਸਾਡੀ ਪ੍ਰੋਬਲਮਸ ਨੂੰ ਸੁਣਿਆ ਉਹਨਾਂ ਨੇ ਕਿ ਵੀ ਤੁਹਾਨੂੰ ਇੱਥੇ ਬਾਹਰ ਪਾਣੀ ਦੀ ਪ੍ਰੋਬਲਮ ਸੁਣ ਰਹੀ ਆ ਨਹੀਂ ਸੁਣ ਰਹੀ ਯੂਨਾਈਟਿਡ ਨੇਸ਼ਨਸ ਵਿੱਚ ਚੱਕ ਰਹੀ ਆ ਨਹੀਂ ਚੱਕ ਰਹੀ ਇਹ ਇੱਕ ਵੱਡਾ ਸਵਾਲ ਹੈ ਇਹ ਬਹੁਤ ਵੱਡਾ ਸਵਾਲ ਹੈ ਇਹ ਬਹੁਤ ਵੱਡਾ ਸਵਾਲ ਹੈ ਜਾਂ ਸਿਰਫ ਅਸੀਂ ਪਾਕਿਸਤਾਨ ਟੈਰਰਿਜ਼ਮ ਇਹਨਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ
ਛੋਟਾ ਜਿਹਾ ਬੱਚਾ ਸੀ ਆਈ ਥਿੰਕ ਕੋਈ ਮੇਰਾ ਖਿਆਲ ਥਰਡ ਐਂਡ ਫੋਰਥ ਦੇ ਵਿੱਚ ਤੋ ਮੈਂ ਵੀ ਉੱਥੇ ਹੀ ਸੀਗੀ ਵੈਨ ਟੀਚਰ ਟੋਲਡ ਹਿਮ ਬੇਟੇ ਆਪਣੇ ਨਾ ਇਹ ਪੌਦਾ ਲਗਾਉਣਾ ਹੈ ਇਹ ਆਪਕੋ ਦਿਆ ਗਿਆ ਇਹ ਸੈਪਲਿੰਗ ਹੈ ਛੋਟਾ ਸਾ ਪੌਦਾ ਹੈ ਆਪਣੇ ਇਸਕੋ ਲਗਾਉਣਾ ਹੈ ਤੋ ਉਸਨੇ ਬੜੇ ਪਿਆਰੇ ਜਿਹੇ ਤਰੀਕੇ ਨਾਲ ਕਹਿੰਦਾ ਮਿਸ ਇਸਕੋ ਲਗਾਉਣਾ ਕਹਾਂ ਪਿਆ ਸੀਜ਼ਰ ਕੇ ਗਮਲੇ ਮੈਂ ਲਗਾ ਦੇਣਾ ਅਗਰ ਕੱਚੀ ਜਗ੍ਹਾ ਨਹੀਂ ਹੈ ਤੋ ਮਾਲੀ ਕੋ ਬੋਲ ਦੇਣਾ ਜੋ ਬੋਲੇ ਮੈਂ ਤੋ ਲਗਾ ਲੂੰਗਾ ਲੇਕਿਨ ਸਾਥ ਵਾਲੇ ਆਂਟੀ ਕੇ ਘਰ ਪੇ ਕੋਈ ਐਸਾ ਗਮਲਾ ਵੀ ਨਹੀਂ ਹੈ ਵੋ ਵੀ ਨਹੀਂ ਹੈ ਆਪ ਇਹ ਹਮੇ ਮਤ ਦੋ ਮਾਲੀ ਭਈਆ ਕੋ ਬੋਲੋ ਕਿ ਯਹੀਂ ਪੇ ਕੁਛ ਏਕ ਹੀ ਜਗ੍ਹਾ ਪੇ ਇਹ ਸਾਰਾ ਕੁਛ ਕਰਵਾਏ ਵਹੀਂ ਪੇ ਲਗਾਏ ਹਮ ਰੋਜ਼ ਯਹਾਂ ਪੇ ਆ ਕੇ ਪਾਣੀ ਦੇ ਦਿਆ ਕਰੇਂਗੇ ਆਈ ਗੋਟ ਅ ਵੇ ਕਿ ਬਠਿੰਡਾ ਐਂਡ ਇੱਕ ਹੋਰ ਜਗ੍ਹਾ ਦੇ ਉੱਤੇ ਗੈਸ ਦੇ ਵਾਸਤੇ ਉਹਨਾਂ ਨੇ 300 ਕਨੈਕਸ਼ਨ ਦਿੱਤੇ ਆ ਦੇਰ ਇਜ਼ ਅ ਪਰਸਨ ਜੋ ਕਿ ਮੈਨੂੰ ਹੁਣੇ ਡੇਅਰੀ ਪ੍ਰੋਜੈਕਟ ਦੇ ਵਿੱਚੋਂ ਵੀ ਇਹ ਗੱਲ ਪਤਾ ਲੱਗੀ ਕਿ ਗੈਸ ਕਿੱਦਾਂ ਸੇਵ ਕਰ ਰਿਹਾ ਪਾਣੀ ਦੀ ਗੱਲ ਤੋਂ ਹਰਿਆਲੀ ਦੀ ਗੱਲ ਤੋਂ ਆ ਰਹੀ ਸੀ ਕਿ ਜਿਹੜੇ ਜਾਨਵਰ ਨੇ ਇਹਨਾਂ ਨੂੰ ਵੀ ਪਾਣੀ ਚਾਹੀਦਾ ਹੁੰਦਾ ਔਰ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਨਾਂ ਦੀ ਜਿਹੜੀ ਸਕਿਨ ਹੁੰਦੀ ਹੈ ਇਹ ਡਿਜ਼ੀਜ਼ ਨੂੰ ਉਹ ਰੱਖਣ ਵਾਸਤੇ ਇਹਨਾਂ ਨੂੰ ਪ੍ਰੀਵੈਂਟਿਵ ਰੱਖਣ ਵਾਸਤੇ ਇਹਨਾਂ ਦੇ ਕੋਲ ਜ਼ਿਆਦਾ ਇਹਨਾਂ ਨੂੰ ਇੱਕ ਤਾਂ ਪਾਣੀ ਦੂਸਰਾ ਹਰਿਆਲੀ ਵੀ ਚਾਹੀਦੀ ਹੈ ਕਿ ਜੇ ਇਹਨਾਂ ਨੂੰ ਪਾਣੀ ਨਹੀਂ ਮਿਲੇਗਾ ਜਾਂ ਇਹਨਾਂ ਦੀ ਇੱਕ ਉਹਨਾਂ ਨੇ ਬਰੀਡਸ ਦਾ ਕੁਛ ਪ੍ਰੋਬਲਮ ਦੱਸਿਆ ਸੀਗਾ ਕਿ ਹੀਟਿੰਗ ਕਰਕੇ ਇਹਨਾਂ ਦੀ ਪ੍ਰੋਡਕਟੀਵਿਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਦੈਨ ਹਰਿਆਲੀ ਨਹੀਂ ਮਿਲ ਰਹੀ ਹਰਾ ਜਿਹੜਾ ਚਾਰਾ ਨਹੀਂ ਮਿਲ ਰਿਹਾ ਉਹ ਨਹੀਂ ਮਿਲ ਰਿਹਾ ਤੋ ਉਹ ਸਾਰੀਆਂ ਉਹਨਾਂ ਨੂੰ ਪ੍ਰੋਬਲਮੈਟਿਕ ਕੰਡੀਸ਼ਨਸ ਵਿੱਚ ਲੈ ਕੇ ਆ ਰਹੇ ਕਿ ਜਿੱਥੇ ਮੱਝਾਂ ਗਾਵਾਂ ਸਾਡੀਆਂ ਇੰਨੇ ਇੰਨੇ ਕਿਲੋ ਦੁੱਧ ਦਿੰਦੀਆਂ ਸੀ ਉਹ ਕੁਛ 5-7 ਕਿਲੋ ਦੇ ਵਿੱਚ ਹੀ ਰਹਿ ਗਿਆ ਹੋਇਆ ਤੋ ਬਠਿੰਡੇ ਦੇ ਵਿੱਚ ਉਸ ਪਰਸਨ ਨੇ 300 ਘਰਾਂ ਦੇ ਵਿੱਚ ਉਸਦੇ ਗੈਸ ਦਾ ਕਨੈਕਸ਼ਨ ਜਾਂਦਾ ਹੈ ਕਿ ਉਹ ਕਹਿੰਦਾ ਮੇਰੇ ਕੋਲ ਬਹੁਤ ਸਾਰੀ ਮਿਥੇਨ ਹੋ ਜਾਂਦੀ ਹੈ ਮੈਂ ਉਸਨੂੰ ਯੂਜ਼ ਕਿੱਦਾਂ ਕਰਾਂ ਇਸੇ ਤਰ੍ਹਾਂ ਹੀ ਮੈਂ ਉਹ ਬੱਚੇ ਤੋਂ ਸੁਣਿਆ ਜਿਸ ਤਰ੍ਹਾਂ ਮੈਨੂੰ ਇੱਕ ਆਈਡੀਆ ਆਇਆ ਕਿ ਸਾਨੂੰ ਗੋਗ੍ਰੀਨ ਐਨਰਜੀ ਦੇ ਵਿੱਚ ਰਾਦਰ ਅਸੀਂ ਉਹ ਪੌਦੇ ਵੰਡਣ ਨਾਲੋਂ ਦੇਣ ਨਾਲੋਂ ਸਾਨੂੰ ਇੱਕ ਜਗ੍ਹਾ ਹੀ ਇਹੋ ਜਿਹੀ ਲਗਾ ਦੇਣੀ ਚਾਹੀਦੀ ਹੈ ਵੀ ਉੱਥੇ ਰੋਜ਼ ਦੇ ਲਗਾਓ ਵੀ ਇਸ ਜਗ੍ਹਾ ਦੇ ਉੱਤੇ ਕਿੱਥੇ ਪੌਦਾ ਲਗਾਓਗੇ ਤੁਸੀਂ ਤਾਂ ਕਹਿ ਦਿੰਦੇ ਹੋ ਸਰਕਾਰਾਂ ਤਾਂ ਕਹਿੰਦੇ 500 ਪੌਦਾ ਉੱਥੇ ਲਾਓ 500 ਪੌਦਾ ਉੱਥੇ ਲਗਾਓ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਪੌਦੇ ਲਗਾ ਕੇ ਆਏ ਅਗਲੇ ਦਿਨ ਉਹਨਾਂ ਨੇ ਪੁੱਟ ਸੁੱਟੇ ਉਹ ਕਹਿੰਦੇ ਇੱਥੇ ਪੌਦੇ ਲਗਾ ਕੇ ਇੱਥੇ ਮੱਛਰ ਆਉਣਗੇ ਜਦੋਂ ਇਹ ਵੱਡਾ ਹੋ ਜਾਵੇ ਅੰਬ ਦੇ ਪੌਦੇ ਲੱਗੇ ਹੋਏ ਉਹ ਕਹਿੰਦੇ ਇੱਥੇ ਪੱਥਰ ਮਾਰ ਕੇ ਬੱਚੇ ਸਾਡੇ ਅੰਬ ਹੋਣਗੇ ਤੇ ਸਾਡੇ ਸ਼ੀਸ਼ੇ ਟੁੱਟ ਜਾਣਗੇ ਸਾਡੀਆਂ ਗੱਡੀਆਂ ਉੱਤੇ ਪ੍ਰੋਬਲਮ ਆਊਗੀ ਰਮਨ ਜੀ ਤੁਸੀਂ ਇਸ ਗੱਲ ਨਾਲ ਕਿੰਨਾ ਇਤਫਾਕ ਦਿੱਤੇ ਹੋ ਕਿ ਅਸੀਂ ਪੌਦੇ ਅਸੀਂ ਅੱਜ ਵੰਡ ਰਹੇ ਹਾਂ ਉਸ 'ਤੇ ਵੀ ਪੈਸਾ ਖਰਚ ਹੋ ਰਿਹਾ ਪੌਦਾ ਪਹਿਲਾਂ ਤਾਂ ਅਸੀਂ ਉਸ ਹੱਦ ਤੱਕ ਵਧਾਉਂਦੇ ਹਾਂ ਕਿ ਅਸੀਂ ਕਿਸੇ ਨੂੰ ਦੇ ਸਕੀਏ ਗਿਫਟ ਦੇ ਤੌਰ 'ਤੇ ਦੇ ਸਕੀਏ ਪ੍ਰਸ਼ਾਦ ਦੇ ਤੌਰ 'ਤੇ ਦੇ ਸਕੀਏ ਪਰ ਲੇਕਿਨ ਉਸ 'ਤੇ ਵੀ ਪੈਸਾ ਖਰਚ ਹੋ ਰਿਹਾ ਉਸ ਤੋਂ ਬਾਅਦ ਜਦੋਂ ਅਸੀਂ ਉਹ ਪੌਦਾ ਕਿਸੇ ਨੂੰ ਦੇ ਦਿੰਦੇ ਹਾਂ ਤਾਂ ਕੀ ਉਹ ਵਾਕਈ ਉਸਦਾ ਰੱਖ ਰਖਾਅ ਕਰਦਾ ਜਾਂ ਫਿਰ ਅੱਜ ਕੱਲ੍ਹ ਕੁਛ ਐਨ ਜੀ ਓਜ਼ ਨੇ ਕਿ ਜੋ ਕਹਿੰਦੀਆਂ ਨੇ ਲੋਕਾਂ ਨੂੰ ਕਿ ਤੁਸੀਂ ਪੌਦੇ ਨੂੰ ਡੋਨੇਟ ਆਪਣੀ ਇੱਕ ਗੋਦ ਲੈ ਲਓ ਪੌਦਾ ਇੱਕ ਗੋਦ ਲੈ ਲਓ ਤੁਸੀਂ ਸਾਨੂੰ ਡੋਨੇਸ਼ਨ ਦਿਓ ਤੁਹਾਡੇ ਨਾਮ 'ਤੇ ਪੌਦੇ ਹੋ ਜਾਣਗੇ ਉਹ ਫਲਾਣੀ ਜਗ੍ਹਾ 'ਤੇ ਲੱਗ ਰਹੇ ਨੇ ਕੀ ਉਹ ਫਲਾਣੀ ਜਗ੍ਹਾ 'ਤੇ ABC ਕੋਈ ਵੀ ਜਗ੍ਹਾ 'ਤੇ ਕੀ ਉਹਨਾਂ ਦੀ ਕੋਈ ਦੇਖਭਾਲ ਕਰ ਰਿਹਾ ਹੈ ਤੁਹਾਨੂੰ ਇਸ ਲੱਗਦਾ ਕਿ ਅੱਜ ਕੱਲ੍ਹ ਉਹ ਫੰਡ ਬਾਕੀ ਉਸ ਜਗ੍ਹਾ 'ਤੇ ਯੂਜ਼ ਹੋ ਰਿਹਾ ਜੇ ਸੋਚ ਵਧੀਆ ਤਾਂ ਫਿਰ ਇਹਦੀ ਇੰਪਲੀਮੈਂਟੇਸ਼ਨ ਵੀ ਵਧੀਆ ਜੀ ਜੇ ਆਪਾਂ ਇੰਨੇ ਬੂਟੇ ਕਰਦੇ ਹਾਂ ਹੋ ਸਕਦਾ ਕਿ ਇਹਦੇ 5-7% ਇਹਦੇ 'ਚ ਫੇਲੀਅਰ ਆਵੇ ਕਿਉਂਕਿ ਜਿੰਨੇ ਵੀ ਆਪਾਂ ਬੂਟੇ ਲਾਉਂਦੇ ਹਾਂ ਇੱਦਾਂ ਨਹੀਂ ਹੋ ਸਕਦਾ ਕਿ ਉਹ ਸਾਰੇ ਦੇ ਸਾਰੇ ਹੀ ਮੈਚਿਓਰ ਹੋਣ ਜੀ ਜੇ ਅਸੀਂ ਇਹ ਕਹਿ ਸਕਦੇ ਕਿ 50% ਵੀ ਉਸਦਾ ਸਿਕਿਓਰ ਹੋ ਜਾਂਦਾ ਆਪਾਂ ਕਿਸੇ ਨੂੰ ਇੱਦਾਂ ਨਹੀਂ ਕਹਿ ਸਕਦੇ ਕਿ ਕਿਸੇ ਨੇ ਕੁਛ ਪੈਸਾ ਖਾਇਆ ਕੁਛ ਹੈ ਇਟ ਇਜ਼ ਇਰਰਿਸਪੈਕਟਿਵ ਕਿਉਂਕਿ ਹਰ ਕਿਸੇ ਦਾ ਮੁੱਦਾ ਚਾਹੇ ਉਹ ਮੈਂ ਹੈ ਅਸੀਂ ਪੈਸਾ ਖਾ ਸਕਦੇ ਹਾਂ ਕਿਹੜੀ ਫਾਰਮ 'ਚ ਖਾਣਾ ਰੋਟੀ ਦੀ ਫਾਰਮ 'ਚ ਖਾਣਾ ਜਾਂ ਕਾਗਜ਼ ਦੀ ਫਾਰਮ 'ਚ ਖਾਣਾ ਇਸ ਕਰਕੇ ਇਸ ਮੁੱਦੇ ਨੂੰ ਦੇਖਣ ਵਾਸਤੇ ਇੰਡੀਵਿਜੁਅਲ ਲੈਵਲ ਪਰ ਜਿਹੜਾ ਪੌਦਾ ਲਾ ਰਿਹਾ ਉਹ ਦੇਖ ਰਿਹਾ ਕਿ ਜਿਹੜਾ ਕਿ ਅੱਜ ਮੈਂ ਲਾਇਆ ਇਹ ਜਾ ਰਿਹਾ ਨਹੀਂ ਜਾ ਰਿਹਾ ਇਹਦੇ ਵਿੱਚ ਐਥੀਕਲ ਵੈਲਿਊਜ਼ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਇਸ ਕਰਕੇ ਚਾਹੇ ਉਹ NGO ਕਹਿ ਰਹੀ ਹੈ ਜਾਂ ਨਹੀਂ ਕਹਿ ਰਹੀ ਇਹਦੇ ਵਿੱਚ ਇੰਡੀਵਿਜੁਅਲ ਲੈਵਲ ਦਾ ਜਿਹੜਾ ਰੋਲ ਹੈ ਜਿਹਨੇ ਅਡੋਪਟ ਕਰਿਆ ਉਹਦੀ ਵੀ ਰਿਸਪੋਂਸੀਬਿਲਟੀ ਬਣ ਜਾਂਦੀ ਕਿ ਮੈਂ ਜਾ ਕੇ ਦੇਖਾਂ ਕਿੱਥੇ ਲੱਗਿਆ ਹੈ ਅਤੇ ਉਹਦੀ ਕਿੰਨੀ ਕਿੰਨੀ ਗਰੋਥ ਹੋਈ ਹੈ ਪਹਿਲੀ ਪਰ ਉਹ ਕਿਸੇ ਬਹੁਤ ਦੂਰ ਜੰਗਲਾਂ ਵਿੱਚ ਕਿੱਥੇ ਲੱਗਿਆ ਹੋਇਆ ਤਾਂ ਮੈਨੂੰ ਲੱਗਦਾ ਦੀਪਕ ਜੀ ਉਹ ਕੋਈ ਦੇਖ ਪਾਏਗਾ ਜਾ ਕੇ ਬਹੁਤ ਮੁਸ਼ਕਿਲ ਹੈ ਜੀ ਪਰ ਜੰਗਲਾਂ ਵਿੱਚ ਇਤਨੀ ਪ੍ਰੋਬਲਮ ਨਹੀਂ ਹੈ ਆਈ ਟੋਲਡ ਯੂ ਕਿਉਂਕਿ ਮੈਂ ਤਾਂ ਹੁਣ ਰਿਸਰਚ ਕਰਕੇ ਜੰਗਲ 'ਤੇ ਇਤਨੀ ਪ੍ਰੋਬਲਮ ਨਹੀਂ ਹੈ ਜੰਗਲ ਦੇ 'ਚ ਪਾਣੀ ਨਹੀਂ ਮਿਲੇਗਾ ਨਾ ਮਿਲੇ ਜੰਗਲ 'ਚ ਪੌਦਾ ਉੱਗ ਜਾਏਗਾ ਪ੍ਰੋਬਲਮ ਆ ਰਹੀ ਹੈ ਜਿਹੜੇ ਸਾਡੇ ਰਹਿਣ ਸਹਿਣ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਤਨੇ ਮੈਂ ਪਾਣੀ ਔਰ ਮਿੱਟੀ ਦੇ ਨਾਲ ਰਲੇ ਹੋਏ ਹਰਿਆਲੀ ਦੇ ਨਾਲ ਰਲੀਆਂ ਚੀਜ਼ਾਂ ਨੂੰ ਹੁਣੇ ਡਿਪਾਰਟਮੈਂਟ ਦੀ ਰਿਸਰਚ ਕੀਤੀ ਹੈ ਸਭ ਦੀ ਅਲਟੀਮੇਟ ਇੱਕੋ ਹੀ ਰਿਸਰਚ ਆਈ ਕਿ ਪਾਣੀ ਅਗਰ ਸਾਫ ਆਏ ਜਾਨਵਰ ਵੀ ਖੁਸ਼ ਇਨਸਾਨ ਵੀ ਖੁਸ਼ ਆਉਣ ਵਾਲੀ ਜਨਰੇਸ਼ਨ ਵੀ ਖੁਸ਼ ਅਤੇ ਤੁਹਾਨੂੰ ਬਹੁਤ ਜ਼ਿਆਦਾ ਇਹਦੇ ਉੱਤੇ ਉਹ ਨਹੀਂ ਸਿਰਫ ਥੋੜ੍ਹਾ ਜਿਹਾ ਤੁਹਾਡੀਆਂ ਉਹੀ ਲਾਈਕ ਰਮਨ ਸੈਟ ਕੇ ਐਥੀਕਲ ਵੈਲਿਊ ਬਹੁਤ ਕਾਊਂਟ ਕਰਦੀ ਹੈ ਮੋਰਾਲ ਸਾਡਾ ਵੀ ਇੱਕ ਪਤਾ ਕੀ ਹੈ ਅਸੀਂ ਹੈਂਡੀਕੈਪਡ ਹਾਂ
ਚੀਜ਼ਾਂ ਦਾ ਅਸੀਂ ਦੇਖਦੇ ਕਿ ਬਾਹਰ ਇੱਦਾਂ ਹੈ ਬਾਹਰ ਉੱਦਾਂ ਹੈ ਔਰ ਮੈਨੂੰ ਪਤਾ ਹੈ ਕਿ ਮਤਲਬ ਬਹੁਤ ਘੱਟ ਲੋਕ ਨੇ ਵੀ ਸਾਨੂੰ ਆਪਦੇ ਪੌਦਿਆਂ ਨੂੰ ਬਚਾਉਣਾ ਵੀ ਚਾਹੀਦਾ ਪ੍ਰੀਕੋਸ਼ਨ ਵੀ ਕਰਨੀ ਚਾਹੀਦੀ ਹੈ ਪ੍ਰੀਵੈਂਟਿਵ ਵੀ ਹੋਣਾ ਚਾਹੀਦਾ ਪ੍ਰੋਡਕਸ਼ਨ ਵੀ ਕਰਨੀ ਚਾਹੀਦੀ ਹੈ ਇਹਨਾਂ ਦੇ ਵਾਈਫ ਮੈਨੂੰ ਯਾਦ ਆਇਆ ਕਿ ਇਹਨਾਂ ਦੇ ਮਿਸਿਸ ਜਦੋਂ ਅਸੀਂ ਪ੍ਰੋਜੈਕਸ਼ਨ ਕਰ ਰਹੇ ਸੀ ਜੰਗਲ ਦਾ ਵੀ ਹੈਵ ਟੂ ਵਿਜ਼ਿਟ ਇਨ ਫੋਰੈਸਟ ਏਰੀਆ ਜਿਹਦੇ ਵਿੱਚ ਮੈਂ 5-6 ਜੰਗਲਾਂ ਨੂੰ ਰਿਸਰਚ ਕੀਤਾ ਸਸਵਾ ਮਿਰਜ਼ਾਪੁਰ ਜੋ ਸਾਡੇ ਪੰਜਾਬ ਦੇ ਨੇੜੇ ਨੇੜੇ ਨੇ ਬਹੁਤ ਕੁਛ ਹੈ ਉਹਨਾਂ ਵਿੱਚ ਇਤਨੀ ਜ਼ਿਆਦਾ ਨੌਲੇਜ ਹੋਈ ਮੈਨੂੰ ਡਾਇਰੈਕਟ ਉਹਨਾਂ ਦੇ ਵਿੱਚ ਜਾ ਕੇ ਡੈਮ ਪ੍ਰੋਜੈਕਸ਼ਨ ਦੇ ਵਿੱਚ ਜਾ ਕੇ ਨਹਿਰਾਂ ਦੇ ਵਿੱਚ ਚੈੱਕ ਪੋਸਟ ਦੇਖਣ ਲਈ ਬਟ ਦ ਥਿੰਗ ਇਜ਼ ਕਿ ਅਸੀਂ ਆਪਦੇ ਆਪ ਨੂੰ ਡਿਜੀਟਾਈਜੇਸ਼ਨ ਤੋਂ ਨੇਚਰ ਤੋਂ ਬਹੁਤ ਚੇਂਜ ਕਰ ਲਿਆ ਹੋਇਆ ਇਹਨਾਂ ਦੀ ਵਾਈਫ ਇੱਕ ਕੰਪਲੇਂਟ ਲੈ ਕੇ ਆਏ ਅਸੀਂ ਸਾਰੇ ਬੈਠੇ ਇੱਕ ਮੀਟਿੰਗ ਕਰ ਰਹੇ ਸੀ ਸ਼ੀ ਸੈਡ ਕਿ ਮੈਨੂੰ ਆਮ ਵੈਰੀ ਮੱਚ ਵਰੀਡ ਅਬਾਊਟ ਕਿ ਸਾਡੇ 30-40 ਪੌਦੇ ਕਿਸੇ ਨੇ ਕੱਟ ਦਿੱਤੇ ਨੇ ਬਗੈਰ ਪਰਮਿਸ਼ਨ ਦੇ ਤੋਂ ਮੈਂ ਕਿੱਥੇ ਜਾ ਕੇ ਇਸ ਚੀਜ਼ ਦੀ ਉਹ ਕੰਪਲੇਂਟ ਕਰਾਂ ਰਮਨ ਵਾਲਾ ਪੁਆਇੰਟ ਫਿਰ ਉਹੀ ਪ੍ਰੂਵ ਹੋ ਜਾਂਦਾ ਹੈ ਕਿ ਜਿਸਨੇ ਕੇਅਰ ਕਰਨੀ ਹੈ ਉਹਨੇ ਕਰਨੀ ਹੀ ਕਰਨੀ ਹੈ ਹਨਾ ਤੋ ਅਸੀਂ ਬੜੇ ਆਰਾਮ ਨਾਲ ਦੇਖ ਰਹੇ ਸੀ ਕਿ ਮੈਡਮ ਬੋਲ ਰਹੇ ਨੇ ਲਾਈਕ ਇਹਨਾਂ ਦੇ ਵਾਈਫ ਜਿਸ ਤਰ੍ਹਾਂ ਕਹਿ ਰਹੇ ਕਿ ਮੈਨੂੰ ਬੜੀ ਦੁੱਖ ਹੋ ਰਿਹਾ ਕਿ ਅਸੀਂ ਇਹ ਪਲਾਂਟੇਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਬੜਾ ਦੁੱਖ ਹੋ ਰਿਹਾ ਕਿ ਉਹ ਪੌਦੇ ਲਗਾਏ ਵੀ ਤੇ ਕੋਈ ਕੱਟ ਗਿਆ ਤੇ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ 2.5 ਸਾਲ ਪੁਰਾਣੇ 10-10 ਫੁੱਟ ਉੱਚੇ ਪੌਦੇ ਸੀਗੇ ਜੀ ਫਾਈਕਸ ਤੇ ਤਾਂ ਪਾਮ ਦੇ ਜੀ ਇਹ ਗਿਲਕੋ ਵੈਲੀ ਦੇ ਵਿੱਚ ਹੀ ਪਲਾਟ ਨੰਬਰ 7 ਨਿਵਾਸ ਬਿਟ ਕੋਈ ਐਵੇਂ ਆਇਆ ਕੱਟ ਗਿਆ ਹੋ ਸਕਦਾ ਆਪਣੀ ਗੱਡੀ ਖੜੀ ਕਰਨੀ ਹੋਵੇ ਉਹਨੇ ਸ਼ੁਰੂ ਕਰ ਦਿੰਦੇ ਹਾਂ ਲੇਕਿਨ ਉਸਨੂੰ ਉਸਦੇ ਅੰਜਾਮ ਤੱਕ ਨਹੀਂ ਪਹੁੰਚਾਉਂਦੇ ਅੰਜਾਮ ਤੱਕ ਕਿਸ ਤਰ੍ਹਾਂ ਪਹੁੰਚਾਉਣਾ ਹੈ ਇਹ ਵੀ ਇਹਨਾਂ ਤੋਂ ਸਵਾਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 6 ਦੀ ਹਾਜ਼ਰ ਹੋ ਰਿਹਾ ਬਣੇ ਰਹੋ ਖਬਰ ਸਪੈਸ਼ਲ ਵਿੱਚ ਖਾਸ ਮੁਹਿੰਮ ਦੀ ਖਾਸ ਪ੍ਰੋਜੈਕਟ ਦੀ ਤੁਹਾਨੂੰ ਲੱਗਦਾ ਕਿ ਉਹ ਮੁਹਿੰਮ ਉਹ ਪ੍ਰੋਜੈਕਟ ਅਸਲ ਵਿੱਚ ਆਪਣੀ ਇਬਾਦਤ ਤੇ ਪਹੁੰਚਦੀ ਹੈ ਆਪਣੀ ਇੰਪਲੀਮੈਂਟੇਸ਼ਨ ਤੇ ਪਹੁੰਚਦੀ ਹੈ ਪਹੁੰਚਦੀ ਹੈ ਚਾਹੇ ਲੇਟ ਪਹੁੰਚੇ ਚਾਹੇ ਪਹੁੰਚਦੀ ਜ਼ਰੂਰ ਹੈ ਜੀ ਹੁਣ ਇੱਥੇ ਇੱਕ ਹੋਰ ਚੀਜ਼ ਕਿ ਜੇਕਰ ਉਹ ਪ੍ਰੋਜੈਕਟ ਉਹ ਮੁਹਿੰਮ ਅਗਰ ਅਸਲ ਰੰਗ ਲਿਆਉਂਦੀ ਤਾਂ ਅੱਜ ਸਾਨੂੰ ਇਹ ਡਿਸਕਸ਼ਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਅਸੀਂ ਜਾਗੇ ਬਹੁਤ ਲੇਟ ਹੈ ਨਾ ਪਹਿਲਾਂ ਅਸੀਂ ਆਪਣੇ ਰਿਸੋਰਸਿਸ ਨੂੰ ਖਤਮ ਕਰ ਲਿਆ ਖਤਮ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪਮੈਂਟ ਨੂੰ ਮੁੱਦਾ ਲੈ ਕੇ ਅਸੀਂ ਉਹ ਸੋਚਿਆ ਹੀ ਨਹੀਂ ਹੈਗਾ ਕਿ ਸਾਡੀ ਬੇਸਿਕ ਵੈਲਿਊ ਕਿਆ ਹੈ ਅਸੀਂ ਉਸਨੂੰ ਖਤਮ ਕਰ ਲਿਆ ਫਿਰ ਜਦ ਅਸੀਂ ਬਾਅਦ 'ਚ ਜਦ ਸਾਨੂੰ ਔਕੜਾਂ ਆਈਆਂ ਫਿਰ ਅਸੀਂ ਫਿਰ ਅਸੀਂ ਬੇਸਿਕ 'ਤੇ ਸ਼ੁਰੂ ਹੋ ਗਏ ਹਾਂ ਇਸ ਕਰਕੇ ਮੁਹਿੰਮ ਜਦ ਸ਼ੁਰੂ ਕਰ ਲਈ ਹੈ ਤਾਂ ਉਹ ਕਦੇ ਨਾ ਕਦੇ ਖਤਮ ਹੋ ਗਈ ਪਰ ਦੇਖੀਏ ਕਿ ਉਹਦੇ ਵਿੱਚ ਸਫ਼ਰ ਕੌਣ ਕਰ ਰਿਹਾ ਜਿਹੜੀ ਐਗਜ਼ਿਸਟਿੰਗ ਸਾਡੀ ਜਨਰੇਸ਼ਨ ਹੈ ਉਹ ਤਾਂ ਸਫ਼ਰ ਕਰ ਰਹੀ ਹੈ ਆਉਣ ਵਾਲੀ ਨੇ ਵੀ ਕਰਨਾ ਹੈ ਜੇ ਅਸੀਂ ਅਗਲੇ 30-40 ਸਾਲ ਦੇਖੀਏ ਜਦ ਤੱਕ ਸਾਡਾ ਗਰਾਊਂਡ ਵਾਟਰ ਜ਼ੀਰੋ ਹੋ ਜੂਗਾ ਫਿਰ ਅਸੀਂ ਅੱਜ ਇਮੀਡੀਏਟ ਤਾਂ ਦੇਖ ਲਿਆ ਫਿਊਚਰ ਅਸੀਂ ਦੇਖ ਨਹੀਂ ਰਹੇ ਹੁਣ ਜੇ ਆਪਾਂ ਨੇ ਆਹ ਮੁਹਿੰਮ ਸ਼ੁਰੂ ਕਰੀ ਹੈ ਇਸ ਮੁਹਿੰਮ ਦੇ 4-5 ਪੈਰਾਮੀਟਰ ਸਰਕਾਰ ਨੇ ਆਪਣਾ ਕੰਮ ਕਰਦੇ ਰਹਿਣਾ ਜਦ ਤੱਕ ਕਿਸਾਨ ਲੈਵਲ 'ਤੇ ਆ ਜਾਈਏ ਹੁਣ ਆਪਾਂ ਕਹਿੰਦੇ ਕਿ ਗਰਾਊਂਡ ਵਾਟਰ ਡਿਪਲੀਟ ਹੋਇਆ ਅਸੀਂ ਟਿਊਬਵੈੱਲ ਲਾ ਕੇ ਸਾਰਾ ਪਾਣੀ ਬਾਹਰ ਕੱਢ ਲਿਆ ਉਹਨੂੰ ਰੀਚਾਰਜ ਕਰਦਾ ਅਸੀਂ ਖੇਤਾਂ ਦੇ ਉੱਤੇ ਫਸਲਾਂ ਨੂੰ ਜਦ ਸਪਰੇਅ ਕਰੀ ਹੈਗੀ ਹੈ ਉਹੀ ਪਾਣੀ ਪਰਕੂਲੇਟ ਕਰਕੇ ਥੱਲੇ ਜਾਣਾ ਤੁਸੀਂ ਕਿਆ ਸੋਚਦੇ ਹੋ ਕਿ ਉਹ ਡਰਿੰਕਿੰਗ ਵਾਟਰ ਰਹਿ ਜੂਗਾ ਉਹਦੇ ਆਰਸੈਨਿਕ ਵੈਲਿਊ ਉਹਦੀ ਵੱਧ ਗਈ ਹੈਗੀ ਉਹਦੇ ਹੈਵੀ ਮੈਟਲ ਕੰਟੈਂਟ ਵੱਧ ਗਏ ਜਿੰਨੇ ਵੀ ਕੈਂਸਰ ਦੀ ਬਿਮਾਰੀਆਂ ਹੋ ਰਹੀਆਂ ਉਹਨਾਂ ਦਾ ਕੌਜ਼ ਹੀ ਆਹੀ ਹੈ ਜੀ ਸਾਰਾ ਕੁਝ ਇੰਟਰਲਿੰਕਡ ਹੈਗਾ ਨੇਚਰ ਆਪਣਾ ਹੀ ਰੋਲ ਦੁਬਾਰ ਤੋਂ ਪਲੇ ਕਰਦੀ ਹੈ ਬਿਲਕੁਲ ਹੁਣ ਜੇ ਅਸੀਂ ਇਸ ਨੂੰ ਪਕੜ ਨਹੀਂ ਪਾਉਂਗੇ ਤਾਂ ਫਿਰ ਆਉਣ ਵਾਲਾ ਟਾਈਮ ਸਾਡਾ ਭਵਿੱਖ ਹੋ ਸਕਦਾ ਕਿ ਰੀਚਾਰਜ ਹੋ ਜਾਵੇ ਜੀ ਪਰ ਕਿਆ ਰੀਚਾਰਜ ਸਾਡਾ ਡਰਿੰਕਿੰਗ ਵਾਟਰ ਹੋ ਰਿਹਾ ਜਾਂ ਸਾਡਾ ਇੱਕ ਜ਼ਹਿਰ ਵਾਲਾ ਪਾਣੀ ਹੋ ਰਿਹਾ ਦਿਸ ਇੱਕ ਹੋਰ ਮੁੱਦਾ ਹੈਗਾ ਬਿਲਕੁਲ ਦੀਪਕ ਜੀ ਇਹਨਾਂ ਨੇ ਸਫ਼ਰ ਦੀ ਗੱਲ ਕੀਤੀ ਰਮਨ ਜੀ ਨੇ ਇੱਕ ਸਫ਼ਰ ਹੈ ਜੋ ਪੰਜਾਬੀ ਵਾਲਾ ਸਫ਼ਰ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ ਇੱਕ ਹੈ ਇੰਗਲਿਸ਼ ਵਾਲਾ ਸਫ਼ਰ ਜੋ ਕਿ ਸਾਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਅਸੀਂ ਆਪਣੀ ਹੀ ਸੋਚ ਨੂੰ ਫੈਲਾ ਨਹੀਂ ਰਹੇ ਵੱਡਾ ਨਹੀਂ ਕਰ ਰਹੇ ਨਾ ਅਸੀਂ ਉਹਨੂੰ ਇੰਪਰੂਵ ਕਰ ਰਹੇ ਹਾਂ ਹੁਣ ਆਖਰ ਇਸ ਪ੍ਰੋਗਰਾਮ ਦਾ ਕਰਨ ਦਾ ਮਕਸਦ ਹੀ ਸਾਡਾ ਇਹ ਹੈ ਕਿ ਅਸੀਂ ਲੋਕਾਂ ਤੱਕ ਆਪਣੇ ਦਰਸ਼ਕਾਂ ਤੱਕ ਇੱਕ ਮੈਸੇਜ ਇੱਕ ਸੁਨੇਹਾ ਪਹੁੰਚਾਇਆ ਜਾਏ ਕਿ ਜੋ ਐਨ ਜੀ ਓਜ਼ ਕੰਮ ਕਰ ਰਹੀਆਂ ਨੇ ਜਿਵੇਂ ਤਜਿੰਦਰ ਕੰਮ ਕਰ ਰਹੇ ਨੇ ਗੋ ਗ੍ਰੀਨ ਐਨਰਜੀ ਪ੍ਰੋਜੈਕਟ ਲੈ ਕੇ ਆ ਰਹੇ ਨੇ ਔਰ ਲਗਾਤਾਰ ਪਿੰਡਾਂ ਵਿੱਚ ਜਾ ਰਹੇ ਨੇ ਵੱਖ ਵੱਖ ਕਸਬਿਆਂ ਵਿੱਚ ਜਾ ਰਹੇ ਨੇ ਸ਼ਹਿਰਾਂ ਵਿੱਚ ਜਾ ਰਹੇ ਨੇ ਉਹਨਾਂ ਦਾ ਵੀ ਮਕਸਦ ਇਹ ਹੈ ਕਿ ਲੋਕਾਂ ਨੂੰ ਆਖਿਰਕਾਰ ਜਾਗਰੂਕ ਕੀਤਾ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਪੇਸ਼ ਹੋ ਕੇ ਤੁਹਾਨੂੰ ਲੱਗਦਾ ਕਿ ਅੱਜ ਇਹ ਮੁਹਿੰਮ ਜਿਵੇਂ ਰਮਨ ਜੀ ਨੇ ਕਿਹਾ ਕਿ ਹਾਲੇ ਇੰਪਲੀਮੈਂਟ ਹੋ ਰਹੀਆਂ ਨੇ ਪਰ ਸਮਾਂ ਲੱਗੇਗਾ
ਤੁਹਾਨੂੰ ਕੀ ਲੱਗਦਾ ਕਿੰਨਾ ਸਮਾਂ ਹੋਰ ਲੱਗ ਸਕਦਾ? ਕਿਉਂਕਿ ਆਉਣ ਵਾਲੇ 20 ਸਾਲਾਂ ਦੀ ਜੇਕਰ ਗੱਲ ਕਰੀਏ ਤਾਂ 20 ਸਾਲਾਂ ਬਾਅਦ ਸਾਡੇ ਸਾਇੰਟਿਸਟ ਕਹਿ ਰਹੇ ਨੇ, ਸਾਡੇ ਮਾਹਰ ਕਹਿ ਰਹੇ ਨੇ ਕਿ ਸਾਨੂੰ ਪੀਣ ਲਈ ਵੀ ਪਾਣੀ ਲਈ ਤਰਸਣਾ ਪਏਗਾ। ਜੀ ਦੇਖੋ ਜੀ, ਇੰਡੀਆ ਦੇ ਸਾਈਜ਼ ਦੇ ਹਿਸਾਬ ਨਾਲ ਸਮਾਂ ਤਾਂ ਲੱਗੂਗਾ ਜੀ, ਲੇਕਿਨ ਕੀ ਅਸੀਂ ਇਹਨੂੰ ਫਾਸਟ ਫਾਰਵਰਡ ਕਰ ਸਕਦੇ ਹਾਂ ਪ੍ਰੋਸੈਸ ਨੂੰ? ਜੇ ਕਰ ਸਕਦੇ ਹਾਂ ਤਾਂ ਕਰਨਾ ਚਾਹੀਦਾ ਹੈਗਾ ਜੀ। ਐਨ ਜੀ ਓਜ਼ ਤਾਂ ਪਿੰਡਾਂ 'ਚ ਪਹੁੰਚ ਰਹੇ ਨੇ ਅਵੇਅਰਨੈਸ ਵਾਸਤੇ। ਗੌਰਮੈਂਟ ਕੋਲ ਇੱਕ ਬਹੁਤ ਸੌਖਾ ਤਰੀਕਾ ਹੈਗਾ ਆ, ਤੁਸੀਂ ਨਿਊਜ਼ ਚੈਨਲਸ ਦੇ ਜ਼ਰੀਏ, ਤੁਸੀਂ ਸਪੈਸ਼ਲ ਬੁਲੇਟਿਨਸ ਦੇ ਜ਼ਰੀਏ ਤੁਸੀਂ ਹਰ ਘਰ ਘਰ ਦੇ ਵਿੱਚ ਪਹੁੰਚ ਸਕਦੇ ਹਾਂ ਜੀ। ਇਹਦੇ ਵਿੱਚ ਗੌਰਮੈਂਟ ਦਾ ਵੀ ਬਹੁਤ ਵੱਡਾ ਰੋਲ ਹੈ। ਐਨ ਜੀ ਓਜ਼ ਤਾਂ ਆਪਣਾ ਮਿਹਨਤ ਕਰ ਰਹੇ ਆ, ਦੇ ਆਰ ਇੰਡੀਵਿਜੁਅਲ ਬੋਡੀਜ਼, ਪਰ ਇਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਆ ਉਹ ਰੀਚ ਘੱਟ ਹੈਗੀ ਆ। ਕਿੱਥੇ ਕਿੱਥੇ ਜਾਣਗੇ, ਕਿਹਨੂੰ ਕਿਹਨੂੰ ਦੱਸੂਗੇ? ਦਿਹਾੜੀ 'ਚ 500 ਬੰਦੇ ਨੂੰ ਦੱਸਤਾ, ਲੇਕਿਨ ਇੱਕ ਵਾਰੀ ਬੁਲੇਟਿਨ ਕਿਤੇ ਨਿਕਲ ਗਿਆ। ਠੀਕ ਹੈ, ਤੁਹਾਡੀ ਇਹ ਵੀ ਗੱਲ ਮੰਨ ਲੈਂਦੇ ਹਾਂ ਕਿ ਕਿੱਥੇ ਕਿੱਥੇ ਜਾਣਗੇ, ਪਰ ਜਦੋਂ ਚੋਣਾਂ ਦਾ ਸਮਾਂ ਆਉਂਦਾ, ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਐਮ ਐਲ ਏ, ਸਾਡੇ ਮਿਊਂਸੀਪਲ ਕਮੇਟੀਜ਼ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ, ਤਾਂ ਅਸੀਂ ਉਦੋਂ ਘਰ ਘਰ ਪਹੁੰਚ ਸਕਦੇ ਹਾਂ, ਲੇਕਿਨ ਇਸ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਘਰ ਘਰ ਨਹੀਂ ਪਹੁੰਚਿਆ ਜਾ ਸਕਦਾ। ਬਿਲਕੁਲ ਜਾਣਾ ਚਾਹੀਦਾ, ਇਸ ਨੂੰ ਪੋਲੀਟੀਕਲ ਚਾਹੀ ਬਣਾਉਣਾ ਬਹੁਤ ਜ਼ਰੂਰੀ ਹੈ। ਅਸੀਂ ਉਦੋਂ ਚਾਹੁੰਦੇ ਹਾਂ ਕਿ ਸਾਨੂੰ ਹਰ ਘਰ ਦੀ ਲੇਕਿਨ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ, ਕੁਦਰਤੀ ਵਸੀਲਿਆਂ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਸਾਡੇ ਕੋਲ ਫਿਰ ਸਾਡੇ ਵਰਗੀਆਂ ਕੋਲ ਰਹਿ ਜਾਂਦੀਆਂ ਚੀਜ਼ਾਂ, ਸਾਨੂੰ ਇਹ ਲੱਗਦਾ ਹੈ ਕਿ ਪੋਲੀਟੀਕਲ ਵਿਲ ਦੇ ਵਿੱਚ ਜਦ ਉਹ ਕੋਈ ਡਿਵੈਲਪਮੈਂਟ ਦਾ ਮੁੱਦਾ ਉਠਾਉਂਦੇ ਆ, ਡਿਵੈਲਪਮੈਂਟ ਦਾ ਮੁੱਦਾ ਸਿਰਫ ਬਿਲਡਿੰਗਾਂ ਨਾ ਹੋ ਕੇ ਉਹਨਾਂ ਨੂੰ ਕਹੋ ਵੀ ਨਹਿਰਾਂ ਦਾ ਜਾਂ ਜਿਹੜਾ ਨਦੀਆਂ ਦਾ ਪਾਣੀ ਹੈ ਉਹ ਸਾਨੂੰ ਸਾਫ਼ ਪਾਣੀ ਕਦ ਦਿਖੂਗਾ ਜੀ? ਬਿਲਕੁਲ। ਸੋ ਇਹ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹ ਮੁੱਦਾ ਪੁੱਛਿਆ ਜਾਵੇ ਕਿ ਠੀਕ ਹੈ ਤੁਸੀਂ ਬ੍ਰਿਜ ਬਣਾ ਦੋਗੇ, ਸੜਕਾਂ ਬਣਾ ਦੋਗੇ, ਪਰ ਜੇ ਨਦੀ ਦਾ ਪਾਣੀ ਸਾਫ਼ ਹੈਗਾ, ਜਿਸ ਤਰ੍ਹਾਂ ਯਮੁਨਾਨਗਰ, ਯਮੁਨਾ ਦਾ ਪੂਰਾ ਪਾਣੀ ਸਾਫ਼ ਹੋ ਜਾਂਦਾ ਇਹਦੇ ਵਿੱਚ ਆ ਕੇ, ਦਿੱਲੀ ਦੇ ਵਿੱਚ ਆ ਜਾਂਦਾ, ਤਾਂ ਮੈਨੂੰ ਲੱਗਦਾ ਇਨਵਰਸ ਡਿਵੈਲਪਮੈਂਟ ਤਾਂ ਹੋ ਹੀ ਗਈ ਨਾ, ਉਹਦੇ ਚ ਪੋਲਿਊਸ਼ਨ ਵਾਲਿਆਂ ਨੇ ਆਪਣਾ ਖਬਰਾਂ ਵੀ ਆਈਆਂ ਸਨ ਕਿ ਰੋਪੜ ਦੇ ਆਸ-ਪਾਸ ਜਿਹੜੇ ਫੈਕਟਰੀਜ਼ ਉੱਥੇ ਲੱਗੀਆਂ ਹੋਈਆਂ ਨੇ, ਦਰਿਆ ਦੇ ਕੰਢੇ ਫੈਕਟਰੀਜ਼ ਲੱਗੀਆਂ ਹੋਈਆਂ ਨੇ, ਉਹਨਾਂ ਦਾ ਗੰਦਲਾ ਪਾਣੀ ਪੂਰੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਉਹਨਾਂ ਬਾਰੇ ਵੀ ਸਰਕਾਰ ਨੇ ਹਾਲੇ ਤੱਕ ਕੁਝ ਸੋਚਿਆ ਨਹੀਂ ਹੈ। ਫੈਕਟਰੀਜ਼ ਲਗਾਤਾਰ, ਉਹਨਾਂ ਨੂੰ ਪਤਾ ਕਿ ਅਸੀਂ ਕਿਸ ਤਰ੍ਹਾਂ ਸਰਕਾਰ ਦਾ ਮੂੰਹ ਬੰਦ ਕਰਨਾ, ਪ੍ਰਸ਼ਾਸਕ ਅਧਿਕਾਰੀਆਂ ਦਾ ਮੂੰਹ ਬੰਦ ਕਰਨਾ, ਪਰ ਅਸੀਂ ਫਿਰ ਕਿੱਥੇ ਸਫਲ ਕਿਵੇਂ ਹੋਵਾਂਗੇ ਤਜਿੰਦਰ ਜੀ? ਮੈਨੂੰ ਐਜ਼ ਰਮਨ ਐਂਡ ਦੀਪਕ ਨਾਲ ਮੈਂ ਬਿਲਕੁਲ ਐਗਰੀ ਕਰਦੀ ਹਾਂ ਕਿ ਰਮਨ ਨੇ ਇੱਕ ਪੁਆਇੰਟ ਚੁੱਕਿਆ ਹੈ ਕਿ ਪਾਣੀ ਜਿੱਦਾਂ ਟਿਊਬਵੈਲ ਹੋ ਗਏ, ਲਾਈਕ ਇੱਕ ਝੋਨੇ ਦੀ ਇੱਕ ਛੋਟੀ ਜਿਹੀ ਗੱਲ ਹੈ, ਅਸੀਂ ਜਦੋਂ ਆਪਣਾ ਝੋਨਾ ਲਗਾਈ ਜਾ ਰਿਹਾ, ਝੋਨਾ ਬੰਦ ਕਿਉਂ ਨਹੀਂ ਕਰ ਰਹੇ ਹੈਗੇ? ਅਸੀਂ ਫਸਲਾਂ ਹੀ ਉਹ ਲਗਾਉਂਦੇ ਹਾਂ ਜਿੱਥੇ ਪਾਣੀ ਜ਼ਿਆਦਾ ਰੁੜ ਰਿਹਾ ਹੈਗਾ, ਪਾਣੀ ਬਚਾਉਣ ਵਾਲੀ ਹੈ, ਹੁਣ ਝੋਨਾ ਬਹੁਤ ਜ਼ਿਆਦਾ ਕਮਰਸ਼ਲ ਬੇਸ 'ਤੇ ਹੋ ਗਿਆ ਹੋਇਆ, ਕਿੱਥੇ ਕਿਸਾਨ ਨੂੰ 80 ਰੁਪਏ 85 ਰੁਪਏ ਮਿਲ ਰਿਹਾ, ਕਿੱਥੇ 20 ਰੁਪਏ ਮਿਲ ਰਹੇ ਨੇ, 25 ਰੁਪਏ ਮਿਲ ਰਹੇ ਆ। ਕਿਸਾਨ ਕਹਿੰਦਾ ਚਲੋ 80-85 ਵਾਲੀ ਕਮਰਸ਼ਲਾਈਜੇਸ਼ਨ ਆ, ਸਿੱਧੀ ਸਿੱਧੀ ਗੌਰਮੈਂਟ ਨੇ ਵੀ ਚੁੱਕ ਲੈਣੀ, ਸਿੱਧੀ ਸਿੱਧੀ ਇਹਨੂੰ ਬਚਾਉਣ ਦੀ ਪ੍ਰੋਬਲਮ ਨਹੀਂ ਹੈ, ਪ੍ਰਿਜ਼ਰਵ ਕਰਨ ਦੀ ਪ੍ਰੋਬਲਮ ਨਹੀਂ, ਇਹਦੀ ਸ਼ੈਲਰਿੰਗ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ। ਪਰ ਝੋਨਾ ਅੱਜ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਝੋਨਾ ਬੰਦ ਕਰ ਦਿੱਤਾ ਜਾਵੇ ਸਾਡਾ ਪਾਣੀ ਦਾ ਲੈਵਲ ਅੱਜ ਵੀ ਠੀਕ ਹੋ ਸਕਦਾ, ਸਭ ਤੋਂ ਵੱਡਾ ਪੁਆਇੰਟ ਹੈ ਟੈਕਨੀਕਲੀ। ਉਹ ਚੀਜ਼ਾਂ ਲਗਾਉਣੀਆਂ ਚਾਹੀਦੀਆਂ, ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਜਿਹਦੇ ਵਿੱਚ ਮੰਨਿਆ ਵੀ ਕਮਰਸ਼ਲਾਈਜੇਸ਼ਨ ਜ਼ਰੂਰੀ ਹੁੰਦਾ, ਪਰ ਹੋਰ ਚੀਜ਼ਾਂ ਵਿੱਚੋਂ ਪੈਸੇ ਕੱਢ ਲਓ। ਮੈਂ ਜ਼ਰੂਰੀ ਨਹੀਂ ਐਡ ਕਰਨਾ ਚਾਹੁੰਦਾ ਬਿਲਕੁਲ ਕਿ ਆਪਾਂ ਇਕੱਲੇ ਝੋਨੇ ਨੂੰ ਹੀ ਕਸੂਰਵਾਰ ਕਹਿ ਦਈਏ, ਇਹ ਵੀ ਪੋਸੀਬਲ ਨਹੀਂ। ਪੋਸੀਬਿਲਟੀ ਇਹ ਹੈਗੀ ਕਿ ਅਸੀਂ ਜਿਹੜਾ ਇਰੀਗੇਸ਼ਨ ਮੈਥਡ ਯੂਜ਼ ਕਰਿਆ ਹੈ, ਕਿਆ ਉਹ ਅਸੀਂ ਸਹੀ ਕਰਿਆ ਨਹੀਂ ਕਰਿਆ? ਅਸੀਂ ਜੇ ਫਲੱਡ ਇਰੀਗੇਸ਼ਨ ਕਹਿ ਦਈਏ, ਸਾਰਾ ਪਾਣੀ ਤਾਂ ਰੁੜ ਗਿਆ, ਉਹਨੂੰ ਚਾਹੀਦਾ ਕੁਝ ਸੈਂਟੀਮੀਟਰ ਪਾਣੀ, ਅਸੀਂ ਉਸਨੂੰ ਫਲੱਡ ਇਰੀਗੇਸ਼ਨ ਕਰ ਲਈ ਤਾਂ ਫਿਰ ਉਹ ਹੋਇਆ ਕਿਆ? ਜੇ ਅਸੀਂ ਆਪਣੀ ਇਰੀਗੇਸ਼ਨ ਟੈਕਨੀਕਸ ਨੂੰ ਸਪ੍ਰਿੰਕਲਰ ਇਰੀਗੇਸ਼ਨ 'ਤੇ ਜਾਂਦੇ ਹਾਂ, ਡ੍ਰਿਪ ਇਰੀਗੇਸ਼ਨ 'ਤੇ ਜਾਂਦੇ ਹਾਂ, ਅਸੀਂ ਵੇਸਟ ਵਾਟਰ, ਤੁਸੀਂ ਇਹ ਦੇਖੋ ਐਨ ਜੀ ਟੀ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਜਿਹੜਾ ਬੀ ਓ ਡੀ ਲੈਵਲ ਹੈਗਾ ਉਹ 10 ਹੋਣਾ ਚਾਹੀਦਾ ਜੀ। ਐਸ ਟੀ ਪੀਜ਼ ਦਾ ਪਾਣੀ 80 ਐੱਮ ਐੱਲ ਡੀ, ਛੋਟੇ ਛੋਟੇ ਲੱਗੇ ਹੋਏ ਆ ਪਲਾਂਟ ਜਿੰਨੇ ਵੀ ਆਪਣੇ ਟਾਊਨਸ ਦੇ ਲੱਗੇ ਹੋਏ ਆ, ਜਲੰਧਰ ਵਿੱਚ 300 ਐੱਮ ਐੱਲ ਡੀ ਦਾ ਫੁਲਰੀਵਾਲ 'ਚ ਇੱਕ ਪਲਾਂਟ ਲੱਗਿਆ, 300 ਐੱਮ ਐੱਲ ਡੀ ਦਾ ਪਲਾਂਟ, ਜੇ ਅਸੀਂ ਉਸੇ ਟ੍ਰੀਟਿਡ ਵਾਟਰ ਨੂੰ ਇਰੀਗੇਸ਼ਨ ਪਰਪਸ, ਉਸ ਸਟੇਟ ਵੇ ਗਾਈਡਲਾਈਨਸ ਹੈਗੀਆਂ ਕਿ ਅਸੀਂ ਇਰੀਗੇਸ਼ਨ ਪਾਣੀ ਨੂੰ ਵੇਸਟ ਵਾਟਰ ਨੂੰ ਇਰੀਗੇਸ਼ਨ ਵਾਸਤੇ ਯੂਜ਼ ਕਰ ਸਕਦੇ ਹਾਂ, ਜੇ ਅਸੀਂ 300 ਐੱਮ ਐੱਲ ਡੀ ਪਾਣੀ ਨੂੰ ਇਰੀਗੇਸ਼ਨ ਵਾਸਤੇ ਯੂਜ਼ ਕਰਿਆ ਤਾਂ ਅਸੀਂ ਘੱਟੋ ਘੱਟ 300 ਐੱਮ ਐੱਲ ਡੀ ਗਰਾਊਂਡ ਤੋਂ ਨਹੀਂ ਕੱਢਿਆ ਜੀ। ਸੋ ਜੇ ਇਹ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਇਨਵਰਸ ਵਾਟਰ ਹਾਰਵੈਸਟਿੰਗ ਕਰ ਰਹੇ ਹਾਂ ਜੀ। ਸੋ ਅਸੀਂ ਗੰਦੇ ਪਾਣੀ ਨੂੰ ਇਰੀਗੇਸ਼ਨ ਵਾਸਤੇ ਯੂਜ਼ ਕਰੀਏ, ਗਰਾਊਂਡ ਵਾਟਰ ਨੂੰ ਨਾ ਕੱਢੀਏ, ਉਹ ਸਿਰਫ ਡਰਿੰਕਿੰਗ ਵਾਟਰ ਵਾਸਤੇ ਰਹਿ ਜਾਵੇ ਜੀ। ਇਹਦਾ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ, ਲੋਕਾਂ 'ਚ ਅਵੇਅਰਨੈਸ, ਸੋਸ਼ਲ ਅਵੇਅਰਨੈਸ ਆਵੇ। ਕੁੰਕੂ ਆ ਕੇ ਗੱਲ ਉੱਥੇ ਆ ਜਾਂਦੀ ਹੈ ਕਿ ਅਵੇਅਰਨੈਸ ਦੀ ਕਮੀ ਹਰ ਪਾਸੇ ਦਿਖਾਈ ਦੇ ਰਹੀ ਹੈ, ਭਾਵੇਂ ਤੁਸੀਂ ਕਿਹੜੀ ਵੀ ਟੈਕਨੀਕ ਲੈ ਲਓ, ਲੇਕਿਨ ਉਸ ਟੈਕਨੀਕ ਨੂੰ ਸਹੀ ਅੰਦਾਜ਼ ਵਿੱਚ ਕਿਸ ਤਰ੍ਹਾਂ ਅਪਣਾਉਣਾ ਹੈ। ਸੋ ਇਹ ਅਵੇਅਰਨੈਸ ਫੈਲਾਉਣੀ ਬਹੁਤ ਜ਼ਰੂਰੀ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਜੇਕਰ ਸਰਕਾਰਾਂ ਆਪਣਾ ਸਹੀ ਤਰੀਕੇ ਨਾਲ ਕੰਮ ਕਰਦੀਆਂ ਤਾਂ ਸ਼ਾਇਦ ਅਸੀਂ ਚਾਰੋਂ ਇੱਥੇ ਬੈਠੇ ਨਹੀਂ ਹੁੰਦੇ। ਦੂਸਰੀ ਗੱਲ, ਇੱਕ ਦੀ ਤਾਰੀਫ ਕਰਨੀ ਬੜੀ ਇੱਥੇ ਜ਼ਰੂਰੀ ਹੈ, ਐਨ ਆਰ ਆਈਜ਼, ਸਾਡੇ ਪ੍ਰਵਾਸੀ ਭਾਰਤੀ
ਆਪਣੇ ਪਿੰਡ ਤੋਂ ਦੂਰ ਚਲੇ ਜਾਂਦੇ ਨੇ, ਚੰਗਾ ਪੈਸਾ ਜਦੋਂ ਕਮਾਉਂਦੇ ਨੇ ਤਾਂ ਵਾਪਿਸ ਜਦੋਂ ਆਪਣੇ ਪਿੰਡ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਦੁੱਖ ਹੁੰਦਾ ਕਿ ਸਾਡੇ ਆਸ ਪਾਸ ਸੁਧਾਰ ਨਹੀਂ ਹੋ ਪਾ ਰਿਹਾ। ਸੋ ਲਗਾਤਾਰ ਉਹਨਾਂ ਦੀ ਮਿਹਨਤ ਸਦਕਾ, ਉਹਨਾਂ ਦੀਆਂ ਚੰਗਾ ਪੈਸਾ ਕਮਾ ਰਹੇ ਜਿਹੜਾ ਉਸਦੀ ਬਦੌਲਤ ਸਦਕਾ ਉਹ ਆਪਣੇ ਪਿੰਡ ਦੀ ਨੁਖਾਰ ਕਰ ਰਹੇ ਨੇ। ਫਿਰ ਭਾਵੇਂ ਉਹ ਸਕੂਲਾਂ ਦੀ ਗੱਲ ਹੋਵੇ, ਭਾਵੇਂ ਯੂਨੀਵਰਸਿਟੀਜ਼ ਦੀ ਗੱਲ ਹੋਵੇ, ਭਾਵੇਂ ਸੜਕਾਂ ਦੀ ਗੱਲ ਹੋਵੇ, ਭਾਵੇਂ ਲਾਈਟਾਂ ਦੀ ਗੱਲ ਹੋਵੇ, ਭਾਵੇਂ ਫਿਰ ਪਾਣੀ ਦੀ ਗੱਲ ਹੋਵੇ, ਗੈਸ ਸਪਲਾਈ ਦੀ ਗੱਲ ਹੋਵੇ, ਤਾਂ ਅੱਜ ਉਹਨਾਂ ਦੇ ਪਿੰਡ ਵੀ ਸ਼ਹਿਰ ਨਾਲੋਂ ਬਹੁਤ ਜ਼ਿਆਦਾ ਸੋਹਣੇ ਬਣ ਚੁੱਕੇ ਨੇ। ਜੇਕਰ ਅਸੀਂ ਬਹੁਤ ਦੂਰ ਨਹੀਂ ਫਗਵਾੜਾ ਵੱਲ ਦੇਖੀਏ, ਫਗਵਾੜਾ ਦੇ ਆਸ ਪਾਸ ਕਈ ਪਿੰਡ ਅਜਿਹੇ ਨੇ ਜਿੱਥੇ ਕਿ NRS ਨੇ ਬਹੁਤ ਕੁਝ ਵਸਾਇਆ ਹੋਇਆ। ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਵਾਲੀ ਅਸੀਂ ਗੱਲ ਕਰੀਏ ਤਾਂ ਉਹਦੇ ਆਸ ਪਾਸ ਕਈ ਐਸੇ ਪਿੰਡ ਨੇ ਜਿਨ੍ਹਾਂ ਦੇ ਤੁਸੀਂ ਰੂਪ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਨਹੀਂ ਤੁਸੀਂ ਉੱਥੇ ਪਿੰਡਾਂ 'ਚ ਜਾ ਰਹੇ ਹੋ। ਪੱਕੀਆਂ ਸੜਕਾਂ ਬਣ ਚੁੱਕੀਆਂ ਨੇ, ਸਿਮੈਂਟਡ ਸੜਕਾਂ ਬਣ ਚੁੱਕੀਆਂ ਨੇ, ਨਾਲੀਆਂ ਦੀ ਵਿਵਸਥਾ ਬਹੁਤ ਵਧੀਆ ਹੈਗੀ ਆ। ਸੋ ਸਾਡੇ NRIs ਭਰਾ ਜਿਹੜੇ ਬੈਠੇ ਨੇ ਵੀ ਸਾਡੇ ਜਿਹੜੇ ਬਾਹਰ ਬੈਠੇ ਨੇ ਉਹ ਇਸ ਗੱਲ ਨੂੰ ਪਰਿਭਾਂਤ ਜਾਣਦੇ ਨੇ ਕਿ ਸਰਕਾਰਾਂ ਲਗਾਤਾਰ ਕੰਮ ਜ਼ਰੂਰ ਕਰ ਰਹੀਆਂ ਨੇ ਪਰ ਉਸ ਲੈਵਲ ਤੇ ਜਾ ਕੇ ਕੰਮ ਨਹੀਂ ਕਰ ਪਾ ਰਹੀਆਂ ਜੋ ਗਰੀਬਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਣ। ਕੀ ਮੈਂ ਗਲਤ ਕਹਿ ਰਿਹਾ ਤੇਜਿੰਦਰ ਜੀ? ਬਿਲਕੁਲ ਠੀਕ ਕਹਿ ਰਹੇ ਹੋ। NRI ਮੇਰਾ ਜਿਹੜਾ ਗੋ ਗ੍ਰੀਨ ਐਨਰਜੀ ਪ੍ਰੋਜੈਕਟ ਹੈ ਜੀ, ਇਹ ਮੁੱਦਾ ਹੀ ਇੱਥੋਂ ਉੱਠਿਆ ਸੀਗਾ। ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਵੀ ਆਈ ਵਾਸ ਡੂਇੰਗ ਵਰਕ ਔਨ ਵਿਮੈਨ ਐਂਡ ਚਾਈਲਡ ਰਾਈਟਸ ਦੇ ਉੱਤੇ ਫਾਈਟਿੰਗ ਕਰ ਰਹੀ ਸੀ, ਤਾਂ ਕਹਿੰਦੇ ਮੈਮ ਵੀ ਪਾਣੀ ਦਾ ਬਾਰ ਬਾਰ ਆਉਂਦਾ ਹੈ ਕਿ SYL ਦਾ ਮੁੱਦਾ, SYL ਦਾ ਮੁੱਦਾ, ਤੁਸੀਂ ਇਹੋ ਜਿਹਾ ਕੁਛ ਸ਼ੁਰੂ ਕਰੋ, ਅਸੀਂ ਤੁਹਾਨੂੰ ਬਹੁਤ ਕੋਆਪਰੇਟ ਕਰਾਂਗੇ। ਆਈ ਸੈਡ ਕਿ ਕਿਵੇਂ ਕੀਤਾ ਜਾ ਸਕਦਾ ਹੈ? ਦੇ ਸੈਡ ਕਿ ਆਪਾਂ ਚੈਨਲਸ ਦੇ ਥਰੂ ਦੇ ਉੱਤੇ ਇਸਦੀ ਪ੍ਰੋਜੈਕਸ਼ਨ ਕਰ ਸਕਦੇ ਹਾਂ, ਜਿੰਨੀ ਵੀ ਫੰਡਿੰਗ ਹੈ ਵੀ ਵਿਲ ਡੂ ਦੈਟ। ਤੁਸੀਂ ਐਜ਼ ਅ ਪ੍ਰਿੰਸੀਪਲ ਡਾਇਰੈਕਟਰ ਲੈ ਕੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰ ਲਓ, ਅਤੇ ਇਸ ਪ੍ਰੋਜੈਕਸ਼ਨ ਦੇ ਵਿੱਚ ਫਿਰ ਜਿੰਨੇ ਜੋ ਬਾਹਰ ਦੇ ਲੋਕ ਨੇ ਜਾਂ ਆਰਗਨਾਈਜੇਸ਼ਨਸ ਨੇ, ਚਾਰ ਮੇਰੀਆਂ ਖਾਸ ਨੇ, ਉਹਨਾਂ ਨੇ ਇਹ ਕਿਹਾ ਕਿ ਇਨ ਚੰਡੀਗੜ੍ਹ ਆਈ ਸੈਡ ਕਿ ਮੈਂ ਪਹਿਲੇ ਲੋਬ ਉਸਦੇ ਉੱਤੇ ਰੂਰਲ ਉਸਦੇ ਵਿੱਚ ਜਾ ਕੇ ਮੈਂ ਪਹਿਲੇ ਡਿਪਾਰਟਮੈਂਟਸ ਦੇ ਵਿੱਚ ਜਾਵਾਂਗੀ, ਮੈਂ ਜਗ੍ਹਾ ਦੇ ਉੱਤੇ ਜਾਵਾਂਗੀ, ਫਿਰ ਮੈਂ ਤੁਹਾਨੂੰ ਬੈਸਟ ਰਿਪੋਰਟਿੰਗ ਦੇਵਾਂਗੀ ਕਿ ਵਾਕਈ ਸਾਨੂੰ ਐਗਜੈਕਟ ਚਾਹੀਦਾ ਕੀ ਔਰ ਕਿਹੜੇ ਏਰੀਏ ਵਿੱਚ ਚਾਹੀਦਾ। ਤਾਂ ਉਹ ਅਸੀਂ ਹੁਣ ਤੱਕ ਦੇ ਮੈਂ ਡਿਪਾਰਟਮੈਂਟਸ ਦੀ ਰਿਸਰਚ ਪ੍ਰੋਗਰਾਮਿੰਗ ਖਤਮ ਕੀਤੀ ਹੈ ਗੋ ਗ੍ਰੀਨ ਐਨਰਜੀ ਦੇ ਵਿੱਚ, ਜੰਗਲਾਤ ਨੂੰ ਆਪਣਾ ਜੋ ਏਰੀਆ ਉਹ ਦੇਖਿਆ ਜਾ ਕੇ ਔਰ ਪਹਾੜਾਂ ਦਾ ਜੋ ਏਰੀਆ ਹੈ, ਡੈਮ ਪ੍ਰੋਜੈਕਸ਼ਨ ਨੂੰ ਸਮਝ ਰਹੀ ਹੈ, ਵਾਟਰ ਹਾਰਵੈਸਟਿੰਗ ਨੂੰ ਸਮਝਿਆ, ਦੈਨ ਸੋਇਲ ਪ੍ਰੋਜੈਕਸ਼ਨ ਹੈ ਜਿਹੜੀ ਕਿ ਵੀ ਕਿਹੜੇ ਪੌਦੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਜ਼ਿਆਦਾ, ਉਸ ਤੋਂ ਬਾਅਦ ਐਜੂਕੇਸ਼ਨ ਕਿੱਦਾਂ ਦਿੱਤੀ ਜਾ ਸਕਦੀ, ਉਸ ਤੋਂ ਬਾਅਦ ਐਨੀਮਲਸ ਜਿਹੜੇ ਨੇ ਜਿਨ੍ਹਾਂ ਨੂੰ ਪਾਣੀ ਵੀ ਚਾਹੀਦਾ, ਉਹਨਾਂ ਨੂੰ ਹਰਿਆਲੀ ਵੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ ਹੋਰ ਮੇਰਾ ਜਿਹੜਾ ਮੇਨ ਫਾਈਟ ਰਹਿ ਗਿਆ ਕਿ ਆਕਸੀਜਨ ਦਾ ਪ੍ਰੋਬਲਮ ਆ ਰਿਹਾ। ਆਕਸੀਜਨ ਦਾ ਕਹਿੰਦੇ ਵੀ ਉਹ ਵੀ ਟਾਈਮ ਆ ਜਾਣਾ ਜਦੋਂ ਆਪਦੇ ਆਪਦੇ ਸਿਲੰਡਰ ਅਸੀਂ ਪਿੱਠ ਦੇ ਉੱਤੇ ਲਗਾ ਕੇ ਘੁੰਮਿਆ ਕਰਨਾ ਹੈਗਾ, ਤੇ ਸਾਡੇ ਕੋਲ ਇਹ ਵੀ ਨਹੀਂ ਹੋਣੀ ਹੈਗੀ ਹੈ। ਪਰ ਦਿੱਕਤ ਇਹ ਹੈ ਕਿ ਉਹਨਾਂ ਦੀ ਫੰਡਿੰਗ ਵੀ ਹੈ, ਉਹਨਾਂ ਦੀ ਪੂਰੀ ਬੈਕ ਸਪੋਰਟ ਹੈਗੀ ਹੈ। ਇੱਥੇ ਮੈਨੂੰ ਪ੍ਰੋਬਲਮ ਕੀ ਆ ਰਹੀ ਹੈ ਕਿ ਮੈਂ ਉਸਨੂੰ ਇੱਕ ਪਾਵਰਫੁਲੀ ਵੇ ਦੇ ਵਿੱਚ ਪ੍ਰੈਜੈਂਟ ਕਰਨ ਵਾਸਤੇ ਮੈਨੂੰ ਫਿਰ ਵੀ ਉਹਨਾਂ ਦੀ ਹੈਲਪ ਲੈਣੀ ਚਾਹੀਦੀ, ਜਦੋਂ ਕਿ ਇੱਥੇ ਜ਼ਿਆਦਾ ਮੈਨੂੰ ਰਿਸੋਰਸ ਚਾਹੀਦੇ ਨੇ, ਇੱਥੋਂ ਦਾ ਹੀ ਕੰਮ ਹੈ, ਇੱਥੋਂ ਦੀ ਹੀ ਪ੍ਰੋਬਲਮ ਹੈ, ਅਤੇ ਇਹਨਾਂ ਨੂੰ ਹੀ ਉਹ ਮਿਲਣੀਆਂ ਨੇ ਸਹੂਲਤਾਂ। ਜੀ ਬਿਲਕੁਲ। ਇੱਕ ਚੀਜ਼ ਹੋਰ, ਹੁਣ ਮੈਨੂੰ ਯਾਦ ਆਇਆ ਕਿ ਚਲੋ ਆਏ ਅਗਰੀ ਕਿ ਆਪਾਂ ਨੂੰ ਝੋਨੇ ਦੀ ਮੈਂ ਇੱਕ ਗੱਲ ਕੀਤੀ ਹੈ ਕਿ ਸਾਨੂੰ ਪ੍ਰੋਡਕਸ਼ਨ ਦਾ ਹੀ ਨਹੀਂ ਪਤਾ ਕਿ ਕਿਹੜੀਆਂ ਕ੍ਰੋਪਸ ਨੂੰ ਜ਼ਿਆਦਾ ਉਹ ਕਰਨਾ, ਓਬਵੀਅਸਲੀ ਕਿਉਂਕਿ ਲੇਬਰ ਵਰਥ ਬਹੁਤ ਹੈਗੀ ਹੈ। ਤੁਸੀਂ ਅੱਜ ਆਪਣਾ ਇੱਕ ਕਿੱਲਾ ਲੈਂਦੇ ਹੋ, ਉਹਦੇ ਉੱਤੇ ਤੁਹਾਨੂੰ ਲੇਬਰ ਵੀ ਪੈਂਦੀ ਹੈਗੀ ਹੈ, ਤੁਹਾਨੂੰ ਲੱਗਦਾ ਵੀ ਉਸੇ ਨੂੰ ਫਸਲ ਨੂੰ ਉਗਾਈ ਜਾਓ ਕਿ ਚਲੋ ਪੈਸਾ ਤਾਂ ਪੂਰਾ ਹੋ ਜਾਏ, ਠੀਕ ਹੈ, ਆਈ ਕੈਨ ਅੰਡਰਸਟੈਂਡ। ਹੁਣ ਦੇਖੋ ਦੁਬਈ ਵਰਗੇ ਸ਼ਹਿਰਾਂ ਵਿੱਚ ਜਿੱਦਾਂ ਅਸੀਂ ਡਿਸਕਸ਼ਨ ਹੀ ਹੋਈ ਸੀਗੀ ਥੋੜ੍ਹੇ ਦਿਨ ਪਹਿਲੇ ਕਿ ਦੁਬਈ ਐਂਡ ਰਾਜਸਥਾਨ 'ਚ ਹੁਣ ਪਾਣੀ ਨਹੀਂ ਹੈਗਾ, ਉਹੋ ਜਿਹੇ ਏਰੀਆਜ਼ ਦੇ ਵਿੱਚ ਜਿੱਥੇ ਨੇਚਰ ਪਾਣੀ ਨਹੀਂ ਦੇ ਰਹੀ ਹੈ, ਬਟ ਉੱਥੇ ਹੁਣ ਆਰਟੀਫਿਸ਼ਲਿਟੀ ਨਾਲ ਹੀ ਤੁਸੀਂ ਦੁਬਈ ਵਰਗੇ ਉਹਨਾਂ ਵਿੱਚ ਪਾਣੀ ਲਿਆ ਦਿੱਤਾ ਗਿਆ, ਪਰ ਉਹ ਪਾਣੀ ਗਿਆ ਤਾਂ ਸਾਡੇ ਵਾਲੇ ਏਰੀਆ, ਮਤਲਬ ਜਿੱਥੇ ਹੈਗਾ ਸੀਗਾ ਉੱਥੋਂ ਖਤਮ ਕਰਕੇ ਜਿੱਥੇ ਨਹੀਂ ਹੈ ਉੱਥੇ ਤੁਸੀਂ ਉਹਨੂੰ ਲਿਜਾ ਰਹੇ ਹੋ, ਇਹ ਵੀ ਤਾਂ ਗਲਤ ਹੈ ਨਾ। ਬਿਲਕੁਲ। ਇੱਥੇ ਇੱਕ ਹੋਰ ਐਗਜ਼ਾਮਪਲ ਵੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਸਾਲ 2015 ਵਿੱਚ ਜੇਕਰ ਮੈਂ ਤੁਹਾਨੂੰ ਲੈ ਕੇ ਜਾਵਾਂ ਤਾਂ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਦੁਨੀਆ ਦਾ ਸਭ ਤੋਂ ਘੱਟ ਪਾਣੀ ਵਾਲਾ ਇਲਾਕਾ ਹੈ ਸਾਊਥ ਅਫਰੀਕਾ ਦਾ ਜੋਹਾਨਸਬਰਗ ਵਿੱਚ ਕੇਪ ਟਾਊਨ ਸ਼ਹਿਰ। ਅਗਰ ਉੱਥੇ ਦੀ ਗੱਲ ਕਰੀਏ, ਉੱਥੇ ਪਾਣੀ ਦੀ ਇੰਨੀ ਜ਼ਿਆਦਾ ਕਮੀ ਸੀ ਕਿ ਜਦੋਂ ਸਾਡੀ ਭਾਰਤੀ ਕ੍ਰਿਕਟ ਟੀਮ ਉੱਥੇ ਮੈਚ ਖੇਡਣ ਗਈ ਸੀ ਤਾਂ ਉਹਨਾਂ ਨੂੰ ਵੀ ਕਿਹਾ ਗਿਆ ਸੀਗਾ ਕਿ ਤੁਹਾਨੂੰ ਜ਼ਰੂਰ ਹੋਟਲ ਲਗਜ਼ਰੀ ਅਸੀਂ ਹੋਟਲ ਦੇ ਰਹੇ ਹਾਂ, ਲੇਕਿਨ ਉਹਦੇ ਅੰਦਰ ਜਿਹੜਾ ਪਾਣੀ ਦੀ ਹੈ ਸਿਰਫ ਤੁਹਾਨੂੰ ਇੱਕ ਬਾਲਟੀ ਮਿਲਿਆ ਕਰੇਗਾ, ਉਸ ਵਿੱਚ ਹੀ ਪੂਰਾ ਦਿਨ ਤੁਸੀਂ ਗੁਜ਼ਾਰਾ ਕਰਨਾ ਹੈ, ਸ਼ੋਵਰ ਜ਼ਰੂਰ ਲੱਗਿਆ ਪਰ ਸ਼ੋਵਰ ਦਾ ਇਸਤੇਮਾਲ ਤੁਸੀਂ ਨਹੀਂ ਕਰ ਸਕਦੇ। ਸੋ ਇਹ 2015 ਦੀ ਰਿਪੋਰਟ ਸੀ, ਪਰ ਲੇਕਿਨ ਉਸ ਤੋਂ ਬਾਅਦ ਸਾਲ ਦਰ ਸਾਲ ਉਹਨਾਂ ਨੇ ਆਪਣੇ ਆਪ ਨੂੰ ਸਵਾਰਿਆ, ਉਹਨਾਂ ਦੀਆਂ ਜਿਹੜੀਆਂ ਪ੍ਰੋਜੈਕਟ ਸੀ ਉਹਨਾਂ ਨੇ ਆਪਣੇ ਆਪ ਨੂੰ ਦੇਖਿਆ ਕਿ ਅਸੀਂ ਇਸਨੂੰ ਕਿਸ ਤਰ੍ਹਾਂ ਡਿਵੈਲਪ ਕਰ ਸਕਦੇ ਹਾਂ, ਕਿਸ ਤਰ੍ਹਾਂ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾਏ। ਸਾਲ 2018 ਵਿੱਚ ਇੱਕ ਵਾਰ ਫਿਰ ਰਿਪੋਰਟ ਜਨਤਕ ਹੋਈ, ਉਸ ਰਿਪੋਰਟ ਵਿੱਚ
साफ तौर पर किया गया कि 70% जिहड़ा पानी की कमी है उसनों पूरा कर लिया गया। जी हाँ, 3 सालों में 70% पानी की कमी को पूरा किया गया। और अज 2019 की जेकर गल करिए अज उत्थे हालात जरूर माड़े ने पर फिर भी सुधर रहे हैं। 3 सालों में जेकर उत्थों के साइंटिस्ट इन्ना कुछ कर सकते हैं तो दीपक जी साढ़े साइंटिस्ट क्यों नहीं कर पाते? असं कितने मार खा रहे हैं कि टैक्नोलॉजी साढ़े को नहीं है। मैं थोड़ा ये एक दसना चाहवागा जोड़ा जोहनसबर्ग है साउथ अफ्रीका ये अफ्रीका के टिप के उत्ते है थले इन्हों 3 पासे समुद्र पैंता है जी। वो फायदा की हो जाता है कि डीसैलीनेशन प्लांट्स लगा के ना समुद्र के पानी पीन योगा या घर के यूज योगा बनाया जाता जी। इंडिया के भी गुजरात तो थले वाला एरिया राइट साइड अपने बंगाल तो थले वाला एरिया जी तीनों पासे साढ़े को इन्ना समुद्र है 3 समुद्र लगते सन। असं उस पानी नू क्यों नहीं टैप करते? असं अपना ग्राउंड वाटर खत्म करने लगे है बोरवेल साढ़े 300-400 फुट थले गए है। असं उस पानी नू डीसैलिनेशन प्लांट्स लगा के गवर्नमेंट की मुहिम हो पर्सनलाइज करन प्राइवेटाइजेशन हो जाए उहदे विच भी काफ़ी क्योंकि दुबई के जो छोटा जिहा देश हैगा उहदे विच डीसैलिनेशन प्लांट्स एक दो मैं भी इंस्टॉल किए हैं उत्थे पानी जिहड़ा समुद्र दे जदों हाई टाइड हुंदा ना जी वह पानी आपे ही आ जांदा अंदर नूं अंदर लियाउण वास्ते पंपिंग सिस्टम एकदम टोटली ग्रीन प्रोजेक्ट है। पानी लियान वास्ते कोई जद्दोजहद करने की लोड़ नहीं आप ही आता पानी हाई टाइड लो टाइड दिहाड़ी 2 बारी हाई टाइड हों पानी अंदर आता उन्होंने फटाफट बड़े बड़े मेमरेन लगे है उन्होंने प्यूरीफाई करते है पूरे देश में बनते हैं जी। इंडिया का इन्ना वड्डा भाग हैगा जिहड़ा थले वाला भाग हैगा वह तीनों पासे समुद्र जी उहदा इस्तेमाल किया जा सकता है। टेक्नोलॉजी क्यों नहीं है इत्थे भी पॉइंट आता वाटर मैनेजमेंट का जी। वाटर इज अबंडेंस अपने को अवेलेबल है जिस आप वेस्ट वाटर कहते हैं जी सही पानी नू वरतों करनी अज की लोड़ है। वाटर मैनेजमेंट इशू इज देयर बिगेस्ट इशू मैं थोड़ी गल तो बिल्कुल सहमत हाँ जी जी। दीपक जिमें कह रहे ने ना बड़ी वधिया चीज़ है मेरे दिमाग विच भी हुण उही गल आ गई कि पानी तो साढ़े कोले हैगा जी बट उही डिसैलिनेशन इज द मैनेजमेंट इज द इशू। हाँ मैनेजमेंट भी वाटर मैनेजमेंट पर साइंटिस्ट like you said ke scientist bhi hage ne but isn't it possible ke assi hun tusi eh sanu bulaya tusi keha ke bhai je problem na hundi te assi itthe ikatthe na hunde ji eh projection like deepak said ke media de vichu vi cheezan kadniyan chahidiyan ne assi news de vich leke ja rahe ha eh bachiyan vaste rather bit boring hoega ji bahut boring hoega ke bachiyan nu lagega pata nahi ki bol rahe ha पर यही कार्टून बेस्ड अगर ये चीजें आ जान यही और ज्यादा अवेयरनेस क्योंकि बच्चे ने टीवी ने छड़ना नहीं है बिल्कुल गैजेट्स भी नहीं छड़ने असि रादर वो पबजी वगैरह जड़ियां एक और गेम्स किसी असि गेम्स नो सहारा बना के एजुकेशन वी कैन फेच दैट पॉइंट ऑफ साइकोलॉजिकली असि बच्चियां नु गाइड कर सकदे हां कि अगर आज साडी प्रॉब्लम आ रही है जनरेशन नु रिपेंट करना पैना ही पैना जी। रडार दे उते ते असी हैगे ही हैगे आ बिल्कुल जितना मर्जी असी ओ चीजा नु करिए पर बचाना भी जरूरी है प्रिकॉशन इज बेटर देन क्योर। और असी बचा भी रहे हैं असी सिर्फ शोर शराबा नहीं मचा रहे इस शोर दे जरिए सिर्फ आवाज चुक रहे हैं ताकि साडे दर्शकां तक ये आवाज पहुंचे कि ओ पानी दी अहमियत नु समझण क्योंकि पानी नहीं है तो तुसी भी नहीं हो। साडे दर्शकां दा बहुत बहुत स्वागत और साडे मेहमान दा बहुत बहुत धन्यवाद कि तुसी साडे नाल जुड़े और अपने अपने विचार साडे नाल सांझे कीते। सो बहुत बहुत शुक्रिया अज के इस एपीसोड में बस इना ही पानी की अहमियत एक बार फिर तो कहांगा जरूर समझो क्योंकि पानी नहीं तो कुछ भी नहीं। धन्यवाद।